ਜਿਸ ਦੀ ਆਬਾਦੀ 1 ਕਰੋੜ ਹੈ। ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਇੱਥੇ ਆਉਂਦੇ ਨੇ ਤੇ ਵੱਖ ਵੱਖ ਤਰ੍ਹਾਂ ਦੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ। ਦਿਨ ਬ ਦਿਨ ਸ਼ਹਿਰ ਦੀ ਆਬਾਦੀ ਤੇ ਰਫਤਾਰ ਵੱਧਦੀ ਹੀ ਜਾ ਰਹੀ ਹੈ। ਹੁਣ ਇਹ ਕੰਕਰੀਟ ਦਾ ਜੰਗਲ ਬਣ ਚੁੱਕਿਆ ਹੈ। ਸ਼ਹਿਰ ਦੀ ਚਮਚਮਾਉਂਦੀ ਰੋਸ਼ਨੀ ਦੇ ਪਿੱਛੇ ਕਈ ਅਜਿਹੇ ਰਾਜ ਛੁਪੇ ਹੋਏ ਨੇ ਜਿਨ੍ਹਾਂ ਉੱਤੇ ਨਜ਼ਰ ਨਹੀਂ ਜਾਂਦੀ। ਇਸ ਅਨੇਰੀ ਦੁਨੀਆ ਦੇ ਵਿੱਚ ਹੋਣ ਵਾਲਾ ਹਰ ਕੋਈ ਕੰਮ ਸਮਾਜ ਦੀ ਨਜ਼ਰਾਂ ਵਿੱਚ ਚੰਗਾ ਨਹੀਂ ਕਿਹਾ ਜਾ ਸਕਦਾ, ਪਰ ਇੱਥੇ ਹੋਣ ਵਾਲੀ ਹਰ ਘਟਨਾ ਦੇ ਪਿੱਛੇ ਕੋਈ ਖਾਸ ਵਜ੍ਹਾ ਹੁੰਦੀ ਹੈ, ਨਾਲ ਹੀ ਇੱਕ ਕਹਾਣੀ ਹੁੰਦੀ ਹੈ ਜਿਹਨੂੰ ਹਰ ਕੋਈ ਨਹੀਂ ਜਾਣਦਾ। ਹੋਰ ਚੰਦੂ, ਕੁਛ ਦਿਨਾਂ ਤੋਂ ਦਿਖਾਈ ਨਹੀਂ ਦਿੱਤਾ। ਆਲੂ 20 ਰੁਪਏ, ਆਲੂ 20 ਰੁਪਏ, ਗੋਭੀ ਵੀ ਲੈ ਲਓ, ਟਿੰਡੇ, ਤੋਰੀ, ਸੀਤਾ ਫਲ। ਤੈਨੂੰ ਪੁੱਛਣ ਲਈ ਇੱਥੇ 4 ਲੋਕੀ ਆਏ ਸੀ। ਆਂਦੇ ਹੀ ਤੇਰੇ ਬਾਰੇ ਪੁੱਛ ਰਹੇ ਸੀ। ਮੈਂ ਉਹਨਾਂ ਨੂੰ ਪੁੱਛਿਆ ਕੀ ਕੰਮ ਹੈ। ਬਹਾਦਰ ਕਿੱਥੇ ਹੈ? ਮੈਨੂੰ ਨਹੀਂ ਪਤਾ। 2 ਦਿਨਾਂ ਤੋਂ ਤੋਦੇ ਨਾਲ ਘੁੰਮ ਰਿਹਾ ਸੀ। ਮੈਨੂੰ ਨਹੀਂ ਪਤਾ। ਤਾਂ ਤੋਦੇ ਬਾਰੇ ਕੁਝ ਨਹੀਂ ਜਾਣਦਾ? ਜਾਣਦਾ। ਤੂੰ 1 ਦਿਨ 'ਚ 4-4 ਰੂਮ ਬਦਲੇ? ਨਹੀਂ। ਦੱਸ ਉਹਨੂੰ ਕਿੱਥੇ ਛੱਡਿਆ? ਮੈਂ ਕਿਹਾ ਤਾਂ ਮੈਨੂੰ ਕੁਝ ਨਹੀਂ ਪਤਾ। ਮੈਨੂੰ ਸਭ ਪਤਾ। ਦੱਸ, ਦਿਮਾਗ ਉਡਾ ਦਾ ਬੋਲ। ਨਵਾਂ ਗੈਂਗ ਬਣਾਇਆ ਤੂੰ? ਹੈ ਇਹਦੇ ਨਾਲ ਪੰਗਾ ਸੀ ਤਾਂ ਇਹਨੂੰ ਮਾਰਨਾ ਸੀ। ਪਰਿਵਾਰ ਨੂੰ ਕਿਵੇਂ ਚਲਿਆ? 18 ਸਾਲ ਦਾ ਮਾਸੂਮ ਬੱਚਾ ਟ੍ਰੇਨ ਅੱਗੇ ਕੁੱਤ ਕੇ ਮਰ ਗਿਆ। ਵੇਖ ਇਹਨੂੰ, ਉਹਦੇ ਬਾਪ ਨੂੰ ਵੇਖ। ਜਾਣਦਾ ਕੁੜੀ ਦੀ ਹਾਲਤ ਕਿੰਨੀ ਖਰਾਬ ਹੈ। ਕਿਸੇ ਦੀ ਜਾਨ ਤੇਰੇ ਲਈ ਮਾਇਨਾ ਨਹੀਂ ਰੱਖਦੀ। ਹੁਣੇ ਹੀ ਤੇਰੀ ਮੈਂ ਜਾਨ ਲੈ ਲੂੰਗਾ। ਚੱਲ ਬੋਲ, ਚੱਲ ਬੋਲ, ਬਹਾਦਰ ਕਿੱਥੇ? ਦੱਸਦਾ, ਮੈਂ ਸਭ ਦੱਸਦਾ ਹਾਂ। ਪੌਂਡੀ ਬਾਜ਼ਾਰ ਵਿੱਚ ਸਾਹੁਲ ਦੀ ਦੁਕਾਨ ਤੇ। ਸਵਾਮੀ, ਹਾਂ ਸੇਠ ਜੀ ਬੋਲੋ। ਹਾਂ ਬੋਲਿਆ ਨਾ, ਵੇਖ ਲੂੰਗਾ। ਅਗਰ ਬਹਾਦਰ ਬੋਲਿਆ ਤਾਂ ਕਰਕੇ ਰਹੂਗਾ, ਜਦੋਂ ਵੇਖੋ ਸੁਣਦਾ ਹੀ ਰਹਿੰਦਾ। ਲੈ ਫੜ ਗੱਲ ਕਰ। ਕੀ ਸੇਠ, 5 ਰੁਪਏ ਦਾ ਕੰਮ ਦਿੱਤਾ, 50 ਵਾਰੀ ਕਾਲ ਕਰਤਾ, ਤੁਸੀਂ ਇੰਜਣ ਹੋਵੇ ਕੀ ਤੁਸੀਂ? ਇਹ ਆਵਾਜ਼ ਕਿੱਥੋਂ ਆਈ ਹੈ? ਸ਼ਿਵਾ, ਨਾਗਾ, ਸ਼ਿਵਾ, ਲੱਗਦਾ ਸਾਡੇ ਤੋਂ ਪਹਿਲਾਂ ਕੋਈ ਆਇਆ ਸੀ ਇੱਥੇ, ਕਤਲ ਕਰਕੇ ਚਲਾ ਗਿਆ। ਹੁਣ ਸਾਡਾ ਇੱਥੇ ਰੁਕਣ ਦਾ ਕੋਈ ਫਾਇਦਾ ਨਹੀਂ ਹੈਗਾ। ਚਲੋ ਚੱਲਦੇ ਹਾਂ। ਹੂੰ,
ਕਿਉਂ ਲੱਗਦਾ ਕੱਲ ਤੁਸੀਂ ਬਾਦਰ ਨੂੰ ਖਤਮ ਕਰ ਦਿੱਤਾ? ਉਹਨੂੰ ਅਸੀਂ ਨਹੀਂ ਮਾਰਿਆ। ਕੱਲ ਤੁਹਾਡੀ ਗੱਡੀ ਤਾਂ ਉੱਥੇ ਖਲੋਤੀ ਸੀ, ਤੁਸੀਂ ਚੰਦੂ ਦੇ ਘਰ ਗਏ ਸੀ ਨਾ, ਤਾਂ ਫਿਰ ਮੈਂ ਤੁਹਾਡੀ ਗੱਲ ਕਿਵੇਂ ਮੰਨਣਾ? ਮਾਰਿਆ ਹੁੰਦਾ ਤਾਂ ਜ਼ਰੂਰ ਮੰਨ ਲੈਂਦਾ, ਇਹ ਸਾਡਾ ਕੰਮ ਨਹੀਂ ਹੈ। ਤੇਰੇ ਇੱਥੇ ਚੱਲ ਕੀ ਰਿਹਾ? ਮੈਂ ਸੁਣਿਆ ਕਿ ਉੱਥੇ ਇੱਕ ਨਵੀਂ ਲਿਸਟ ਬਣ ਰਹੀ ਹੈ। ਮੈਂ ਜਾਣਦਾ ਤੈਨੂੰ ਸਭ ਪਤਾ ਹੋਊਗਾ। ਇੱਕ ਹੀ ਰਾਤ 'ਚ 12 ਆਫਿਸਰ ਦਾ ਟ੍ਰਾਂਸਫਰ, ਇਰਾਦਾ ਕੀ ਹੈ? ਸਾਡੇ ਮਹਿਕਮੇ 'ਚ ਹੋਣ ਵਾਲੀਆਂ ਸਾਰੀਆਂ ਖ਼ਬਰਾਂ ਸਾਡੇ ਤੋਂ ਪਹਿਲੇ ਤੁਹਾਡੇ ਕੋਲ ਪਹੁੰਚ ਜਾਂਦੀਆਂ ਨੇ। ਕੀ ਕਰੀਏ, ਜ਼ਰਾ ਸੀ ਚੂੰ ਕਰੀਏ ਤਾਂ ਤੂੰ ਦਬਾ ਲਏਗਾ। ਮੇਰਾ ਇੱਥੇ ਆਉਣ ਦਾ ਮਕਸਦ ਕੁਝ ਹੋਰ ਹੈ। ਇੱਕ ਬੰਦਾ ਫੜਿਆ ਗਿਆ ਜੋ ਤੁਹਾਡਾ ਪਿਓ ਹੈ। 2 ਦਿਨ ਪਹਿਲਾਂ ਕੋਇਮਤੂਰ ਪਾਣੀ ਵੇਖੋ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਸੀ। ਉਹ ਸਾਡਾ ਗਵਾਹ ਬਣ ਗਿਆ ਹੈ। ਕੱਲ੍ਹ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ, ਅਤੇ ਜੇ ਉਹਨੇ ਆਪਣਾ ਮੂੰਹ ਖੋਲ ਦਿੱਤਾ ਤਾਂ ਗੱਲਾਂ ਤੂੰ ਨਹੀਂ ਸਾਰੇ ਦੇ ਸਾਰੇ ਫੜੇ ਜਾਓਗੇ। ਹੁਸ਼ਿਆਰ ਰਹਿਣਾ। ਹਾਂ ਸ਼ਿਨ ਭਾਈ। ਬਹੁਤ ਸਵਾਮੀ, ਕੋਈ ਪਰੇਸ਼ਾਨੀ ਤਾਂ ਨਹੀਂ? ਉਹਨੂੰ ਉਠਾ ਸਕਦੇ ਹਾਂ ਨਾ? ਹਾਂ ਚੱਕ ਸਕਦੇ ਹਾਂ ਉਹਨੂੰ ਚਿੰਨ ਭਾਈ। ਟ੍ਰੇਨ ਅਜੇ ਆਈ ਨਹੀਂ, ਲੇਕਿਨ ਇੱਥੇ ਪੁਲਿਸ ਦੀ ਫੀਲਡਿੰਗ ਲੱਗੀ ਹੋਈ ਆ। ਜਿੱਦਾਂ ਹੀ ਪਹੁੰਚੂਗਾ ਅਸੀਂ ਉਹਨੂੰ ਚੱਕ ਲਵਾਂਗੇ। ਤੁਸੀਂ ਫਿਕਰ ਨਾ ਕਰਿਓ। ਧਿਆਨ ਰੱਖੇ ਚਾਰੇ ਪਾਸੇ। ਸਾਰੇ ਯਾਤਰੀ ਕਿਰਪਾ ਕਰਕੇ ਧਿਆਨ ਦੇਣ, ਟ੍ਰਿਪਲ ਐਰੋਡੇ ਸਲੀਮ ਤੋਂ ਚੇਨਈ ਆਉਣ ਵਾਲੀ ਗੱਡੀ ਕੋਈ ਐਕਸਪ੍ਰੈਸ ਗੱਡੀ ਨੰਬਰ 2676 ਥੋੜੀ ਦੇਰ ਵਿੱਚ ਪਲੇਟਫਾਰਮ ਨੰਬਰ 5 ਤੇ ਆਉਣ ਵਾਲੀ ਹੈ। ਪੈਸੇਂਜਰ ਅਟੈਂਸ਼ਨ ਪਲੀਜ਼, ਟ੍ਰੇਨ ਨੰਬਰ 2676 ਕੋਈ ਐਕਸਪ੍ਰੈਸ ਟੂ ਕੋਇੰਗ ਟੂ ਚੇਨਈ ਐਕਸਪ੍ਰੈਸ ਵਾਇਆ। ਇੱਕ ਜ਼ਰੂਰੀ ਸੋਚਣਾ, ਤਕਨੀਕੀ ਖਰਾਬੀ ਦੀ ਵਜ੍ਹਾ ਤੋਂ ਚੇਨਈ ਐਕਸਪ੍ਰੈਸ ਪਲੇਟਫਾਰਮ ਨੰਬਰ 7 ਤੇ ਆਉਗੀ। ਤੁਹਾਡੀ ਇਸ ਪਰੇਸ਼ਾਨੀ ਲਈ ਮਾਫੀ ਚਾਹੁੰਦੇ ਹਾਂ। ਚਲੋ ਉਸ ਪਾਸੇ 7 ਨੰਬਰ ਤੇ ਸਾਰੇ ਚਲੋ, ਛੇਤੀ ਕਰੋ। ਓਏ ਕੀ, ਟ੍ਰੇਨ ਤੇ ਉਧਰ ਆ ਰਹੀ ਹੈ। ਓਏ ਰੱਬਾ, ਓਏ ਛੇਤੀ ਕਰੋ ਛੇਤੀ ਕਰੋ, ਓ ਟ੍ਰੇਨ ਉਸ ਪਾਸੇ ਆ ਰਹੀ ਹੈ ਛੇਤੀ। ਚਲੋ ਨਿਕਲੋ ਇੱਥੋਂ। ਹਾਂ ਭੱਜ ਗਿਆ ਕਮੀਨਾ। ਚਲੋ ਓਏ, ਉਹ ਕੌਣ ਹੈ ਸਵਾਮੀ? ਹੈਂ, ਆਇਆ ਕਿੱਥੋਂ ਹੈ? ਵਿੱਚ ਕਿਉਂ ਘੁਸ ਰਿਹਾ ਹੈ? ਉਹ ਸਾਡੇ ਨਾਲ ਉਹ ਖੇਡ ਰਿਹਾ ਹੈ? ਕਿਹਦਾ ਆਦਮੀ ਹੈ? ਕਿੱਥੋਂ ਆਇਆ ਹੈ? ਕੋਈ ਜਵਾਬ ਹੈ ਇਹਦਾ? ਚੰਨਾ ਭਾਈ, ਕਿਸੇ ਨੂੰ ਨਹੀਂ ਪਤਾ, ਪਤਾ ਨਹੀਂ ਕਿੱਥੇ ਗਾਇਬ ਹੋ ਗਿਆ। ਅਸੀਂ ਪੂਰੀ ਤਿਆਰੀ 'ਚ ਸੀ। ਹੈਂ, ਕਹਿੰਦੇ ਹੈ ਕਿ ਵੱਡਿਆਂ ਨੂੰ ਮਿਲਣ ਵਾਸਤੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਤਾਂ ਤੁਹਾਡੇ ਲਈ ਇਹ ਤੋਹਫ਼ਾ ਲੈ ਕੇ ਆਇਆ। ਕੁਛ ਲੋਕਾਂ ਦਾ ਨਾਮ ਲਈਏ ਤਾਂ ਮੁੜਦੇ ਆ, ਅਤੇ ਕੁਛ ਲੋਕ ਗਾਲ ਸੁਣ ਕੇ ਮੁੜਦੇ ਆ। ਤੁਹਾਡੀ ਨਜ਼ਰ 'ਚ ਆਉਣਾ ਚਾਹੁੰਦਾ ਸੀਗਾ, ਇਸ ਲਈ ਇਹ ਕੀਤਾ। ਬਾਦਰ ਦਾ ਕੰਮ ਵੀ ਮੈਂ ਤਮਾਮ ਕੀਤਾ ਹੈ। ਹੈ ਕੌਣ ਹੈ ਤੂੰ ਤੇ ਇਹ ਸਭ ਕਿਉਂ ਕਰ ਰਿਹਾ? ਕੰਮ ਆਪਣਾ। ਡਰ ਨਹੀਂ ਲੱਗਿਆ? ਤੁਸੀਂ ਮੈਨੂੰ ਨਹੀਂ ਮਾਰੋਗੇ,
ਮੇਰੇ ਤੋਂ ਕੀ ਚਾਹੁੰਦਾ ਹੈ? ਗਲਤੀ ਕਰਨ ਦਾ ਸਜ਼ਾ ਦਿਓ, ਹਰ ਵੇਲੇ ਨਾਲ ਰੱਖਿਓ, ਮੋਢੇ ਨਾਲ ਮੋਢਾ ਮਿਲਾਉਣਾ ਤੁਹਾਡੇ ਨਾਲ, ਬਸ ਇੰਨਾ ਹੀ, ਹੋਰ ਕੁਝ ਨਹੀਂ। ਸਿਰਫ ਰਾਏ ਆ ਜਾ। ਓਏ ਮਣੀ, ਸ਼ਫੀਕ ਚਾਬੀ ਦੇ ਇਹਨੂੰ। ਕੀ ਹੈ? ਇਹਦਾ ਕੀ ਨਾਮ ਰੱਖਾ? ਪਦਮਾ। ਸੋਹਣਾ ਨਾਂ ਹੈ। ਬੋਲ, ਜਲਦੀ ਬੋਲ, ਸੁਣਿਆ ਨਹੀਂ ਤੂੰ, ਜਲਦੀ ਬੋਲ, ਜਲਦੀ ਬੋਲ ਨਾ। ਹਲੋ, ਇਹ ਉਹ ਬੰਦਾ ਨਹੀਂ ਹੈ, ਉਹ ਦੂਜਾ ਹੋਊਗਾ, ਉਹਨੂੰ ਖਤਮ ਕਰਨਾ ਹੈ। ਤੂੰ ਪਰੇਸ਼ਾਨ ਕਿਉਂ ਹੋ ਰਹੀ ਹੈ? ਤੇਰੇ ਘਰਵਾਲ ਦੀ ਲੰਬੀ ਉਮਰ ਹੈ। ਬਸ ਮੈਂ ਉਹਨੇ ਘਰੇ ਪਹੁੰਚ ਗਿਆ ਬਾਈ, ਚੱਲਦਾ। ਸ਼ਹਿਰ ਤੋਂ ਬਾਹਰ ਕੀ ਗਈ, ਵੇਖ ਇਸ ਘਰ ਦੀ ਹਾਲਤ ਕੀ ਬਣਾ ਰੱਖੀ ਹੈ। ਇਸ ਕੁੜੀ ਨੇ ਕੋਈ ਵੀ ਚੀਜ਼ ਚੰਗੀ ਤਰ੍ਹਾਂ ਨਹੀਂ ਰੱਖੀ ਹੋਈ, ਵੱਡੀ ਹੋ ਗਈ ਹੈ, ਕੱਲ ਨੂੰ ਸਹੁਰੇ ਘਰ ਜਾਵੇਗੀ, ਪਤਾ ਨਹੀਂ ਕੀ ਕਰੇਗੀ ਉੱਥੇ ਜਾ ਕੇ। ਓਹੋ, ਉਹ ਲੋਕ ਤੇ ਸਾਨੂੰ ਹੀ ਦੋਸ਼ ਦੇਣਗੇ ਨਾ। ਇਹ ਸੂਚੀ ਸੁਣਨਾ, ਕੀ ਗੱਲ ਹੈ? ਕੱਲ ਰਾਤ ਨੂੰ ਸਾਡੇ ਘਰੇ ਕੋਈ ਅੰਦਰ ਆ ਗਿਆ ਸੀ। ਹਾਏ ਰੱਬਾ, ਕੌਣ ਸੀ? ਪਤਾ ਨਹੀਂ, ਰਾਤ ਦੇ ਕਰੀਬ 10 ਵਜੇ ਹੋਏ ਸੀ, ਮੈਂ ਗਾਣਾ ਵਜਾ ਕੇ ਪ੍ਰੈਕਟਿਸ ਕਰ ਰਹੀ ਸੀ, ਅਚਾਨਕ ਮੈਂ ਉੱਤੇ ਵੇਖਿਆ, ਸਿੱਧਾ ਮੇਰੇ ਉੱਤੇ ਡਿੱਗ ਗਿਆ। ਉਹ ਤਾਂ ਸਾਡੇ ਉੱਤੇ ਇਲਜ਼ਾਮ ਲਾਉਣਗੇ ਨਾ ਕਿ ਅਸੀਂ ਆਪਣੀ ਕੁੜੀ ਨੂੰ ਕੁਝ ਨਹੀਂ ਸਿਖਾਇਆ। ਕਦੋਂ ਤੋਂ ਬੋਲੀ ਜਾ ਰਹੀ ਆ, ਕੁਝ ਸੁਣਾਈ ਦਿੰਦਾ ਹੈ ਕਿ ਨਹੀਂ? ਕਦੋਂ ਤੋਂ ਵੇਖ ਰਹੀ ਆ, ਖੁਸਰ ਪੁਸਰ ਕਰੀ ਜਾ ਰਹੀਆਂ ਨੇ, ਕੰਮ ਕਰੋ ਕੁਝ। ਉਹ ਕਦੋਂ ਸਿੱਖੋਗੀਆਂ ਤੁਸੀਂ? ਫਿਰ ਕੀ ਹੋਇਆ? ਫਿਰ ਉਸ ਤੋਂ ਬਾਅਦ ਨਾ ਉਹਨੇ ਇੱਥੇ ਉੱਥੇ ਹੱਥ ਲਾਇਆ, ਮੈਂ ਜ਼ਮੀਨ ਉੱਤੇ ਡਿੱਗ ਗਈ, ਫਿਰ ਉਹ ਮੇਰੇ ਉੱਤੇ ਸੀ ਤੇ ਮੈਂ ਪਸੀਨੇ ਪਸੀਨੇ ਹੋ ਗਈ। ਓਹ, ਮੈਨੂੰ ਤਾਂ ਹੋਸ਼ ਹੀ ਨਹੀਂ ਰਿਹਾ। ਉੱਤੋਂ ਮੇਰਾ ਲਹਿੰਗਾ। ਕੀ ਲਹਿੰਗਾ? ਅਰੇ ਉਹ ਕੁਛ ਨਹੀਂ, ਫਿਰ ਉਹ ਚਲਾ ਗਿਆ। ਸੁਣ, ਮੇਰੇ ਕੋਲੋਂ ਕੁਛ ਲੁਕਾ ਨਾ। ਮੈਂ ਕਿਉਂ ਲੁਕਾਵਾਂਗੀ, ਮੈਂ ਥੋੜੇ ਨਾ ਕੁਛ ਕੀਤਾ। ਪਤਾ ਨਹੀਂ ਕੀ ਖਿਚੜੀ ਪੱਕ ਰਹੀ ਹੈ ਦੋਵਾਂ 'ਚ। ਸਵੇਰ ਦਾ ਕਿਹਾ ਕਿ ਚਾਰ ਦਾ ਡੱਬਾ ਬਾਹਰ ਰੱਖ ਦੇ, ਨਹੀਂ ਰੱਖਿਆ, ਸਾਰਾ ਕੰਮ ਮੈਂ ਹੀ ਕਰਾਂ। ਕੀ ਹੈ? ਅਰੇ ਬਹਿ ਜਾਣਾ, ਹੁਣ ਬੋਲੇਂਗੀ ਵੀ। ਕਿੱਥੋਂ ਆਈ? ਇਹ ਉਹਦੀ ਹੈ। ਇਹ ਅਸਲੀ ਹੈ ਕੀ? ਚਲਦੀ ਵੀ ਹੈ, ਮੈਨੂੰ ਕਿਵੇਂ ਪਤਾ ਹੋਏਗਾ? ਹੁਣ ਤੂੰ ਉਹਦਾ ਕੀ ਕਰੇਂਗੀ? ਕਿਸੇ ਨੂੰ ਵੀ ਪਤਾ ਚੱਲਣ ਤੋਂ ਪਹਿਲਾਂ ਮੈਂ ਸਮੁੰਦਰ ਵਿੱਚ ਸਿੱਟ ਦੇਵਾਂਗੀ।
ओ भाई मस्त आइटम आ रही है। आइटम आ रही है। मैं तेरा दीवाना तू मेरी दीवानी दोनों मिलकर बनाएंगे कहानी। बोल मेरे रानी चलेगी मेरे साथ। बोला मैं हूँ तेरा राजा तू बनेगी मेरी रानी। बोला 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 मेरी रानी। मछली फड़ना ही है भाई। मछली फड़नी सिखा देंगे। मेरा रास्ता छोड़ दे। ठीक है ठीक है ठीक है। ओए अपन मैडम नु केकड़ा फड़ना सिखाऊंगा। नाटक ना कर। पहला वेक मैं खुद केकड़ा बांध के फड़ना। वेक चल जाए इत्थों वरना नहीं तो ये चल जाएगी। मान गई। ओ मान गई। ओ जदकुड़ी हंसदी है ना ताई मानदी है। ओ गोली चलाओगी कि मेरे ऊपर। डरा के दिखा। चल डरा के दिखा। चल चला 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 चला। नकली गन नहीं है असली गन है। इरादा बदल देता है। ये काम दी चीज है। ए स्वामी पहला दस दे के इत्थे आउण वाला है तो मैं इत्थे नहीं आउंदा। असीं इत्थे मत मनाना आए सी। मैनूं की पता सी ए आजूगा भाई। चिन्ना भाई तो तुसी उत्थों आ क्यों गए? स्वामी दस सेनू पापा उंदी आकड़ वेखी तुसी उन छड़ना नहीं चाहिदा सी। उन्नू उत्थे वड देना चाहिदा सी। तू वेख्या नहीं उन्नू वेखदे ही किवें सारे खड़े हो गए। शहर दा खास आदमी है। वो जो चाहुंदा उही हुंदा है। इन्नी ताकत है उंदे कोल। ਕਿਵੇਂ ਲਾਤੇ ਲੱਤ ਰੱਖ ਕੇ ਬੈਠਾ ਸੀ ਉਹ? ਛੱਡਣਾ ਉਹਨੇ ਕੀ ਪੱਟ ਲੈਣਾ ਸਾਡਾ ਹੈ? ਸ਼ੁਰੂਆਤ ਕਾਲਜ ਵਿੱਚ ਡਰੱਗ ਵੇਚਣ ਤੋਂ ਕੀਤੀ। ਫਿਰ ਮੇਰੇ ਨਾਲ ਮਿਲ ਕੇ ਜਹਾਜ਼ ਤੋਂ ਮਾਲ ਚੋਰੀ ਕਰਕੇ ਵੇਚਣ ਲੱਗਾ। ਪਾਪਾ ਉਹ ਗੱਲ ਨਹੀਂ ਰਹੀ। ਉਹਨੇ ਹੋਰ ਵੀ ਕੰਮ ਸ਼ੁਰੂ ਕਰ ਦਿੱਤੇ ਨੇ। ਸਾਡੇ 10-15 ਆਦਮੀਆਂ ਨੇ ਮਾਰ ਦਿੱਤਾ ਉਹਨੇ। ਜ਼ਿੰਦਗੀ 'ਚ ਕਮ ਸੇ ਕਮ 4 ਵਾਰ ਉਹਨੂੰ ਬਚਾਇਆ ਮੈਂ। ਅੱਜ ਉਹ ਜਿਸ ਮੁਕਾਮ 'ਤੇ ਹੈ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਸਿਰਫ ਅਤੇ ਸਿਰਫ ਮੇਰਾ ਹੈ। ਉਸ ਤੋਂ ਬਾਅਦ ਇੱਕ ਟੁੱਟੀ ਹੋਈ ਚੱਪਲ ਦੀ ਤਰ੍ਹਾਂ ਮੈਨੂੰ ਉਹਨੇ ਕੱਢ ਕੇ ਬਾਹਰ ਸੁੱਟਤਾ। ਮੈਂ ਜਦ ਚਾਹਾਂ ਉਹਨੂੰ ਕੀੜੇ ਵਾਂਗ ਮਸਲ ਸਕਦਾ ਹਾਂ। ਉਹਨੇ ਮੈਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕਰ ਨਹੀਂ ਪਾਇਆ। ਉਹਦਾ ਹਾਲੇ ਤੱਕ ਟਾਈਮ ਨਹੀਂ ਆਇਆ ਇਸ ਲਈ ਜਿੰਦਾ ਹੈ। ਜੋ ਦੁਸ਼ਮਣੀ ਉਸ ਦਿਨ ਸ਼ੁਰੂ ਹੋਈ ਉਹ ਅੱਜ ਤੱਕ ਕਾਇਮ ਹੈ। ਬਾਕੀ ਵੇਖਦੇ ਹਾਂ। अचानक आके मेरी मेहनत खराब कर दिती। ओ दिमाग तो निकल ही नहीं रहा। जिथे भी वेखदी हाँ जिन्हू भी वेखदी हाँ ओही दिखदा है। इंज लगदा मेरे सामने आके खड़ा हो गया। ठीक है ठीक है तेनू आराम की जरूरत है। मैं दे विच कुछ नहीं कर सकती। ओए सूजी मेरी गल तो सुन। मैं जा रही हूं। ए सूजी की है उन्हों वेख दस्या सी ना तेनू कोई घर विच कोसा ऐसी ए उही है। कौन हो जो मार खा रहा है?
मार खान वाला नहीं जो मार रहा है। ये ना शेखर भाई वही बंदा है। जा सारे नु मार रहा सी लगदा है बहुत वड्डा गुंडा है। मारिया है ता मतलब गुंडा है हो सकदा है गलती ले मारिया होवे पूरी गल जाने बिना कुछ नहीं कह सकते। ओदा हुलिया देख के की लगदा है आजकल ता दाढ़ी दा फैशन है। शक्ल तो ता बहुत वड्डा खड़ूस लग रहा सी। हंस के मारपीट करूंगा कॉमेडी हीरो है क्या की हो गया तेनो हर गलती ते तरफदारी कर रही है। ता की करा एक जवान कुड़ी घर विच इकल्ली होवे कोई उत्तो आके उस ते डिग पवे ओदे गिरदे हुए लहंगे नू अपने हत्थां नाल थम लवे ते ख्यालां विच आवे तू नहीं समझेगी तू अजे बहुत छोटी है। हाँ सिर्फ मैं ही समझ सकती हूँ। पता है मेरी नींद भी उड़ गई है। यानी कि ओ तेनू पसंद है। तेनू पसंद है ते मैनू भी पसंद है। मेरा पीछा क्यों कर रही है? तुहाडा पीछा? मैं क्यों तुहाडा पीछा करांगी? सड़क पर ता लखां आंदे जांदे रहंदे ने। मेरे पीछे भी ता किन्ने लोग ने। फिर मैं भी कहां क्यों मेरा पीछा कर रहे ने? देखो किन्ने लोग अग्गे जा रहे ने। ता मैं सारे नु जवाब दिंदी फिरांगी। बोलो जिवें तुसी चल रहे हो उवें मैं ही चल रही हां। होर कोई गल नहीं मैं तुहाडे पीछे नहीं आ रही हां तुसी अग्गे चल रहे हो। बस साडी मंजिल एक है। सही कहा ना सूजी? हां कुछ नहीं। अरे यार क्या कर रहे हो? क्या कर रहे हो? ना तो बच्चे ना तो बच्चे। क्या कर रहे हो? उठ जाओ। तोड़ देता। क्या कर रहे हो? लुट के। तोड़ देता है ना। ना बोलो यार। बोल चन्ना इस मामले च दखल अंदाजी ना कर तू ये पेरियड का मामला है। ਇਹ ਸਾਰਾ ਲੱਕ ਉਹਨਾਂ ਨੇ ਖਰੀਦਿਆ ਹੈ ਤੇ ਹੁਣ ਉਹਨਾਂ ਦਾ ਇੱਥੇ ਸ਼ਾਪਿੰਗ ਮਾਲ ਬਣਾਉਣ ਦਾ ਪਲਾਨ ਹੈਗਾ ਹੈ। ਤੁਸੀਂ ਸਾਰਿਆਂ ਨੂੰ ਕਿੰਨੀ ਵਾਰ ਦੱਸਿਆ ਹੈ? ਸਮਝ ਨਹੀਂ ਆਉਂਦੀ ਕਿ ਤੁਸੀਂ ਸਾਰਿਆਂ ਨੂੰ ਇਹ ਲੋਕਾਂ ਨੂੰ ਸਮਝਾਇਆ ਸੀ ਪਰ ਮੰਨੇ ਨਹੀਂ ਤਾਂ ਤੋੜਨਾ ਪਿਆ। ਛੱਡ ਦੋ। ਨਹੀਂ ਗਿਆ ਤਾਂ ਤੂੰ ਪਛਤਾਊਗਾ। ਪੇਰੀਆ ਦੀ ਪਹੁੰਚ ਨੂੰ ਜਾਣਦਾ ਹੈ ਨਾ। ਕੀ ਭਾਈ ਪੇਰੀਆਰ ਕਰ ਰਹੇ ਹੋ? ਪਿਛਲੇ 40 ਸਾਲਾਂ ਤੋਂ ਅਸੀਂ ਇੱਥੇ ਕਾਰੋਬਾਰ ਕਰ ਰਹੇ ਹਾਂ। ਕਾਰਪੋਰੇਸ਼ਨ ਵਿੱਚ ਬਿਜਲੀ ਦਾ ਬਿੱਲ ਭਰ ਰਹੇ ਹਾਂ। ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ। ਜਦੋਂ ਅਦਾਲਤ ਕਹੂਗੀ ਹਾਂ ਖਾਲੀ ਕਰ ਦੇਵਾਂਗੇ। ਪੈਰੀਆਰ ਕਹੀ ਜਾਣਾ ਉਹਦੇ ਕੀ ਸਿੰਘ ਲੱਗੇ ਹੈ। मेरे ते हाथ चक्या तू मेरे ते हाथ चक्या ना तू हुण वेखी तू चलो 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 निकलो इत्थों चलो 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 सारे चलो चलो। ओ कोई गल नहीं भाई आन दो देख लांगे। तुसी कहो ना सौण स्वामी बोल रहा
ਤੇ ਸੁਣ ਇੱਥੇ ਮੈਟਰ ਹੋਇਆ ਸ਼ੇਕਰ ਨੇ ਕਿਸੇ ਦੇ ਹੱਥ ਚੱਕਤਾ ਹੈ ਸੁਣ ਆਪਣੇ ਜਿੰਨੇ ਵੀ ਮੁੰਡੇ ਉਹਨਾਂ ਨੂੰ ਇੱਥੇ ਲੈ ਗਿਆ ਇਹ ਤਾਂ ਨਾ ਇਨਸਾਫੀ ਹੈ ਉਹਨਾਂ ਨੇ ਕਿੰਨੀ ਬੇਰਹਿਮੀ ਨਾਲ ਤੋੜਫੋੜ ਕੀਤੀ ਹੈ ਵੇਖੋ ਉਹ ਸਾਰੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਪੂਰਾ ਦਿਨ ਮਿਹਨਤ ਕਰਨ ਤੋਂ ਬਾਅਦ ਅਸੀਂ ਥੋੜਾ ਬਹੁਤ ਪੈਸਾ ਕਮਾਉਂਦੇ ਨੇ ਤਾਂ ਕਿ ਸਾਡਾ ਗੁਜ਼ਾਰਾ ਹੋ ਸਕੇ ਪਰ ਇਹਨਾਂ ਨੇ ਆ ਕੇ ਸਭ ਬਰਬਾਦ ਕਰ ਦਿੱਤਾ ਪਰ ਇਹਨਾਂ ਨੇ ਤਾਂ ਸਭ ਕੁਝ ਬਰਬਾਦ ਕਰ ਦਿੱਤਾ ਛੇਤੀ ਆ ਗਏ ਓਏ ਪਿਕਚਰ ਦਾ ਦੀ ਐਂਡ ਹੋ ਗਿਆ ਇੱਥੇ ਕਿੰਨੀਆਂ ਦੁਕਾਨਾਂ ਨੇ 300 ਹੋਣਗੇ ਸਾਹਿਬ 301 ਓ ਨਹੀਂ ਸਾਹਿਬ 300 ਕਿਆ ਨਾ 301 ਉਹਦੇ ਵਿੱਚ ਇੱਕ ਦੁਕਾਨ ਚੀਨਾ ਦੀ ਹੈ ਅਗਰ ਤੁਹਾਡੇ ਉੱਤੇ ਕੋਈ ਮੁਸੀਬਤ ਆਈ ਤਾਂ ਮੈਂ ਸੰਭਾਲੂਗਾ ਬੇਖੌਫ ਹੋ ਕੇ ਕਾਰੋਬਾਰ ਕਰੋ ਤੁਹਾਡੇ ਲੋਕਾਂ ਦੀ ਜ਼ਿੰਮੇਦਾਰੀ ਮੇਰੀ ਹੈ ਮੈਂ ਤੁਹਾਡੇ ਨਾਲ ਆ ਚਲੋ ਰੱਬ ਰੱਖਾ ਸ਼ੇਖਰ ਮੇਰੇ ਨਾਲ ਬੈਠ ਏ ਉਹਦੀ ਬਾਈਕ ਲੈ ਕੇ ਆ ਕਿਉਂ ਓਏ ਸ਼ਿਵਰਾਮ ਓਏ ਉਹ ਲੈ ਕੇ ਆਓ ਭਾਈ ਇੱਕ ਮਿੰਟ ਦਰਅਸਲ ਸਾਡੇ ਤੋਂ ਇੱਕ ਗੜਬੜ ਹੋ ਗਈ ਆ ਕੀ ਹੋਇਆ
ਉਹ ਚਿੰਨਾ ਵਿਚਾਲੇ ਆ ਗਿਆ ਤਾਂ ਸਾਨੂੰ ਕੰਮ ਨੂੰ ਰੋਕਣਾ ਪਿਆ। ਸੱਚ ਕਹਿ ਰਹੇ? ਉਹ ਵਿਚਕਾਰ ਆ ਗਿਆ, ਆਪਣੇ ਬੰਦਿਆਂ ਨੂੰ ਲੈ ਕੇ ਉਹਨੂੰ ਸਬਕ ਨਹੀਂ ਸਿਖਾਇਆ? ਚਿੰਨਾ ਕੱਲਾ ਨਹੀਂ ਸੀ ਭਾਈ, ਉਹਦੇ ਨਾਲ ਇੱਕ ਬੰਦਾ ਵੀ ਸੀ। ਉਹਦਾ ਨਾਂ ਸ਼ੇਖਰ ਹੈ, ਬਹੁਤ ਜ਼ਬਰਦਸਤ ਮਾਰਪੀਟ ਕਰਦਾ ਹੈ, ਜਿੱਦਾਂ ਕੋਈ ਤੂਫਾਨ ਆ ਗਿਆ ਹੋਏ। ਬਹਾਦੁਰ ਦੇ ਕਿੱਸੇ ਸੁਣਾ ਰਹੇ ਹੋ ਕੀ ਚਿੰਨਾ ਸ਼ੇਖਰ? ਇਹ ਕੋਈ ਨਵੀਂ ਕਹਾਣੀ ਹੈ ਕੀ? ਜਾ ਉੱਤੇ ਜਾ ਕੇ ਬਾਊ ਜੀ ਨੂੰ ਦੱਸ, ਇਹ ਗੰਦੀ ਸ਼ਕਲ ਲੈ ਕੇ ਜਾਵੇਗਾ ਨਾ ਗੋਲੀ ਮਾਰ ਦੇਣਗੇ। ਉਹਨਾਂ ਨੂੰ ਇਹਦਾ ਪਤਾ ਨਹੀਂ ਚੱਲਣਾ ਚਾਹੀਦਾ ਭਾਈ, ਥੋੜ੍ਹਾ ਥੋੜ੍ਹਾ ਵਕਤ ਦਿਓ ਭਾਈ, ਮੈਂ ਸੰਭਾਲ ਲਵਾਂਗਾ ਇਹਨੂੰ। ਠੀਕ ਹੈ ਜਾਓ। ਓਏ ਓਏ ਚਲੋ ਸਾਰੇ। ਕੌਣ ਹੈ ਸਵਾਮੀ, ਕਿੱਥੋਂ ਆਇਆ? ਐਵੇਂ ਲੱਗਦਾ ਕਿ 25 ਸਾਲ ਪਹਿਲਾਂ ਦਾ ਮੈਂ ਆਪਣੇ ਆਪ ਨੂੰ ਵੇਖ ਰਿਹਾ। ਮੇਰੇ ਤੋਂ ਵੀ 10 ਗੁਣਾ ਬਿਹਤਰ ਹੈ। ਕੱਲੇ ਨੇ ਸਭ ਦੇ ਛੱਕੇ ਛੁੜਾਤੇ, ਇਹਨੇ ਮੇਰਾ ਡਰ ਮਕਾਤਾ, ਮੇਰੇ ਅੰਦਰ ਹਿੰਮਤ ਪਰਤੀ। ਹੁਣ ਮੇਰੇ ਦੁਸ਼ਮਣ ਸਾਰੇ 30 ਵਾਰ ਖਾਣ ਮੈਨੂੰ ਮਾਮੂਲੀ ਲੱਗਣ ਲੱਗੇ। ਹੁਣ ਲੱਗਣ ਲੱਗਾ ਹੈ ਕਿ ਕੋਈ ਹੈ ਜੋ ਮੈਨੂੰ ਹਰ ਮੁਸੀਬਤ ਵਿੱਚੋਂ ਬਾਹਰ ਕਢਾ ਸਕਦਾ ਹੈ। ਇਹ ਕੋਈ ਮਾਮੂਲੀ ਇਨਸਾਨ ਨਹੀਂ ਹੈ ਸਵਾਮੀ, ਅਲੱਗ ਹੈ। ਇਹਦੀ ਰਗਾਂ ਵਿੱਚ ਬਹਿਣ ਵਾਲਾ ਖੂਨ ਅਲੱਗ ਕਿਸਮ ਦਾ ਹੈ। ਉਹਨੂੰ ਦੇਖ, ਉਹ ਅਲੱਗ ਕਿਸਮ ਦਾ ਸਵਾਮੀ। ਉਹ ਸਿਰਫ ਕੰਮ ਨਹੀਂ ਕਰਦਾ, ਉਹ ਕੁਝ ਖਾਸ ਕਰ ਰਿਹਾ ਹੈ। ਇਹਦਾ ਮਕਸਦ ਕੁਝ ਹੋਰ ਹੈ। ਕੀ ਚਿੰਨਾ ਬਾਈ, ਕੀ ਗੱਲ ਕਰ ਰਹੇ ਹੋ? ਮੈਂ ਕੋਈ ਹੋਰ ਨਹੀਂ ਹਾਂ, ਤੁਸੀਂ ਉਹ ਜਿਹਨੂੰ ਮੈਂ ਹੀਰੋ ਮੰਨਿਆ ਸੀਗਾ, ਪਹਿਲਾ ਚੰਗਾ ਇਨਸਾਨ ਜਿਹਨੂੰ ਮੈਂ ਦੇਖਿਆ ਸੀ, ਤੇ ਤੁਹਾਡੀ ਵਜ੍ਹਾ ਨਾਲ ਹੀ ਮੇਰੀ ਜ਼ਿੰਦਗੀ ਬਦਲ ਗਈ। ਇੱਥੇ ਕੋਈ ਵੀ ਦੁਕਾਨ ਨਹੀਂ ਖੋਲੂਗਾ, ਚੱਲ ਇੱਥੋਂ ਪਰ। ਬੰਦ ਕਰੋ ਆਪਣੀ ਦੁਕਾਨ, ਇੱਥੇ ਕੀ ਕਰ ਰਹੀ ਹੈ? ਚੱਲ ਸਾਈਡ ਤੇ। ਦੁਕਾਨ ਖੋਲਣ ਦੀ ਹਿੰਮਤ ਕੀਤੀ ਤਾਂ ਸਾਰਾ ਸਮਾਨ ਖੋਲੂਗਾ। ਬੰਦ ਕਰੋ ਛੇਤੀ, ਅਸੀਂ ਇਸੇ ਜ਼ਮੀਨ ਤੇ ਪੈਦਾ ਹੋਏ ਤੇ ਵੱਡੇ ਹੋਏ ਆ, ਤੁਹਾਡੀ ਹਿੰਮਤ ਕਿਵੇਂ ਹੋਈ ਦੁਕਾਨ ਖੋਲਣ ਦੀ? ਚੱਲ ਪੱਜ ਇੱਥੋਂ। ਓਏ ਮੰਦਰ ਆਉਣ ਵਾਲਿਆਂ ਨੂੰ ਯਾਦ ਰੱਖਣ ਕੇ ਤੇ ਚੱਲ ਪੱਜ ਜਾ ਇੱਥੋਂ। ਮੈਂ ਕਿਹਾ ਜਾਓ, ਕਹਿ ਰਿਹਾ ਨਾ ਜਾਓ, ਇੱਥੇ ਤਮਾਸ਼ਾ ਚੱਲ ਰਿਹਾ ਕੇ ਜੋ ਸਾਹਮਣੇ ਆਇਆ ਬਚੂਗਾ ਨੀ, ਹੁਲੀਆ ਵਿਗਾੜ ਤੂੰ। ਬਾਈ 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 ਚੱਲ ਭੱਜ ਭੱਜ। ਕੀ ਕ੍ਰਿਸ਼ਨ ਮੂਰਤੀ, ਉਹ ਥਾਣੇ ਦੇ ਸਾਹਮਣੇ ਹੰਗਾਮਾ ਕਰ ਰਿਹਾ ਤੇ ਤੂੰ ਕੁਝ ਕਿਹਾ ਨੀ? ਹੈ ਅਸੀਂ ਕੁਝ ਕਵਾਂਗੇ ਤਾਂ ਉਹ ਝੰਡਾ ਤੇ ਜਲੂਸ ਲੈ ਕੇ ਸਾਡੇ ਖਿਲਾਫ਼ ਪ੍ਰਦਰਸ਼ਨ ਕਰਨਗੇ, ਪਰ ਤੁਹਾਡੇ ਖਿਲਾਫ਼ ਕੁਝ ਨਹੀਂ ਕਰ ਸਕਦੇ। ਉਹ ਸਿਰਫ ਮੂੰਹ ਚਲਾਉਣ ਜਾਣਦੇ ਨੇ, ਚੰਗਾ ਸਬਕ ਸਿਖਾਇਆ ਤੁਸੀਂ। ਹਾਂ ਠੀਕ ਹੈ ਠੀਕ ਹੈ। ਕਿਆ ਜੀਨਾ ਸਭ ਨੂੰ ਮਾਰ ਸਕਦਾ ਹੈ? ਉਹ ਹਰ ਕਿਸੇ ਨੂੰ ਨਹੀਂ ਮਾਰਦਾ, ਜਿਹੜਾ ਗਲਤੀ ਕਰਦਾ ਹੈ ਉਹਨੂੰ ਹੀ ਮਾਰਦਾ ਹੈ, ਤੇ ਅਜਿਹੇ ਲੋਕਾਂ ਤੇ ਉਹ ਬਿਲਕੁਲ ਰਹਿਮ ਨਹੀਂ ਕਰਦਾ। ਕਿਆ ਜੀਨਾ ਕਿਸੇ ਤੋਂ ਵੀ ਨਹੀਂ ਡਰਦਾ? ਕੀ ਕਿਹਾ ਡਰ, ਉਹ ਡਰ ਕੀ ਚੀਜ਼ ਹੈ ਇਹ ਤਾਂ ਜਾਣਦਾ ਹੀ ਨਹੀਂ, ਉਹ ਵੱਖਰਾ ਹੈ। ਜਿਸ ਸਕੂਲ ਵਿੱਚ ਮੈਂ ਪੜ੍ਹਦਾ ਸੀ ਚੀਨਾ ਬਾਈ ਨੇ ਵੀ ਉੱਥੇ ਪੜ੍ਹਾਈ ਕੀਤੀ ਸੀ। ਜਿੱਥੇ ਮੈਂ ਖੇਡਦਾ ਸੀ ਚੀਨਾ ਬਾਈ ਵੀ ਉੱਥੇ ਖੇਡਦੇ ਸੀ, ਇਹ ਸੋਚ ਕੇ ਮੈਂ ਬਹੁਤ ਖੁਸ਼ ਹੁੰਦਾ ਸੀ। ਵੈਸੇ ਤਾਂ ਸਕੂਲ ਘਰ ਦੇ ਕੋਲੇ ਸੀ, ਪਰ ਚੀਨਾ ਬਾਈ ਨੂੰ ਦੇਖਣ ਵਾਸਤੇ ਮੈਂ ਸੜਕ ਛੱਡ ਕੇ ਉੱਤੋਂ ਦੀ ਘੁੰਮ ਕੇ ਆਉਂਦਾ ਸੀ। ਚੀਨਾ ਬਾਈ ਦਾ ਖੜ੍ਹੇ ਹੋਣ ਦਾ ਅੰਦਾਜ਼, ਉਹਨਾਂ ਦਾ ਬੈਠਣਾ, ਧਮਕਾਉਣਾ, ਗੱਲ ਕਰਨਾ ਸਭ ਮੈਨੂੰ ਬਹੁਤ ਚੰਗਾ ਲੱਗਦਾ ਸੀ। ਮੈਂ ਵੀ ਉਹਨਾਂ ਵਾਂਗ ਲੱਗਣ ਦੀ ਕੋਸ਼ਿਸ਼ ਕਰਦਾ ਸੀਗਾ, ਚੀਨਾ ਬਾਈ ਦੇ ਵਾਂਗ ਚੱਲਣ ਦੀ ਕੋਸ਼ਿਸ਼ ਕਰਦਾ ਸੀਗਾ, ਉਹਨਾਂ ਦੇ ਵਾਂਗ ਡਰਾਉਣ ਦੀ ਕੋਸ਼ਿਸ਼ ਕਰਦਾ। ਜਦੋਂ ਵੀ ਦੂਰੋਂ ਕਿਤੇ ਮੋਟਰਸਾਈਕਲ ਦੀ ਆਵਾਜ਼ ਸੁਣਦਾ ਤਾਂ ਦੇਖਣ ਵਾਸਤੇ ਭੱਜਦਾ ਸੀ ਕਿਤੇ ਚੀਨਾ ਬਾਈ ਤਾਂ ਨਹੀਂ ਆ ਗਈ। ਚੀਨਾ ਬਾਈ ਮੇਰੇ ਸਾਹਿਬ, ਰੋ ਨਾ, ਮੈਨੂੰ ਰੋਣ ਵਾਲੇ ਪਸੰਦ ਨਹੀਂ। ਸੁਣੋ ਇਹਨੂੰ ਲੈ ਕੇ ਜਾਓ। ਤੁਸੀਂ ਮੇਰਾ ਗਾਣਾ ਸੁਣ ਕੇ ਹੀ ਇੱਥੇ ਆਏ ਹੋ, ਮੈਂ ਸਾਰਿਆਂ ਨੂੰ ਦੱਸ ਦੇਵਾਂਗੀ। ਉਠਾ ਇਹਨੂੰ। ਉਹ ਸਭ ਚੱਕੀ ਕਰ ਰਹੇ, ਮੈਨੂੰ ਛੱਡ ਦਿਓ। ਭਾਈ ਸਤਿ ਸ੍ਰੀ ਅਕਾਲ, ਆਓ ਨਾ ਸਾਡੇ ਨਾਲ ਫਿਲਮ ਵੇਖੋ ਨਾ। ਉਹ ਰਹਿਣ ਦੋ, ਅੱਧੀ ਫਿਲਮ ਨਿਕਲ ਗਈ ਹੈ, ਮਜ਼ਾ ਨਹੀਂ ਆਊਗਾ। ਓਏ ਸ਼ੁਰੂ ਨਾਲ ਫਿਲਮ ਲਾ। ਆਓ ਨਾ ਭਾਈ, ਆਓ ਨਾ ਭਾਈ, ਆਓ ਆਓ, ਬੈਠੋ 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 ਬੈਠੋ। ਮੈਂ ਜੋ ਫਿਲਮ ਦੇਖਣ ਵਾਸਤੇ ਗਿਆ ਸੀ ਉਹ ਚੀਨਾ ਬਾਈ ਨੂੰ ਦਿਖਾਉਣ ਵਾਸਤੇ ਦੁਬਾਰਾ ਸ਼ੁਰੂ ਕੀਤੀ ਗਈ। ਉਸ ਤੋਂ ਬਾਅਦ ਮੈਂ ਫਿਲਮ ਨਹੀਂ ਦੇਖ ਪਾਇਆ, ਬਸ ਚੀਨੇ ਬਾਈ ਨੂੰ ਦੇਖਦਾ ਰਿਹਾ।
क्यों पुत्र अगले हफ्ते एग्जाम है तो पढ़ाई करो मेरे नाल इधर उधर क्यों घूम रहे हैं मेरी तैयारी हो गई नहीं नहीं छोड़ दो ओ छोड़ दो मेरे मुंडे नु छोड़ दो जान दो छोड़ दो पापा ए साडे लोकां दी शराब दी पट्टी तोड़ूगा एदी इन्नी हिम्मत हो गई तेरी ईमानदारी दा पुत ओले उतारदा फटाफट नहीं भाई की हो गया ए साडा खानदानी पेशा है ए तेरे लई नहीं छड़ सकदे ए ना इंसाफी क्यों कर रहे हो ना करो सुन बहुता चर्बी चढ़िया ऐला पैसे हुण ओदी तरफ वेखी भी ना चल ओए पुत्र मामा चलो इत्थे मामा उस दिन की वारदात नाल बापू दे दिल नूं बहुत ठेस पहुंची वो अंदर अंदर घुट रहे सी किसी नूं पता ना लगे कि पुलिस वाले नूं कुटा गया इसलिए उन्होंने फैसला किया कि इस गल का जिक्र वह किसी नाल नहीं करनगे उस दिन के काम नाल बापू जी पूरी रात नहीं सौं पाए तो मैं भी क्यों तेरा प्यो जीवंदा है जा मर गया है कुन्नस दिखा रहा सानो प्यो नु दसें साडे एरिया वल वेखी भी ना पैसे दिते ना चुपचाप बैठन लई के समझया है उस पल मेरे दिमाग विच सिर्फ चिन्ना बाई घूम रहे सी दिल कह रहा सी कि इस वक्त चिन्ना बाई नु इत्थे होना चाहिदा है वो इत्थे क्यों नहीं है पर मैं जानता सी कि चिन्ना बाई आउणगे इसलिए मैं उत्थे रुकिया रहा ए छोटे वो डंडा दे वो दे ना पुलिस ते हाथ चकेगा इन्नी हिम्मत फिर जे गंदी शराब बनाई तो हाथ तोड़ दूंगा नहीं 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 भाई चल हट हट नहीं भाई छोड़ दियो पज चल पज हां भाई बाद वेखो वेख लग गया कि मेरे अंदर बहुत हिम्मत आ गई है जिस तरह उस दिन फुटबॉल मैच खेलते वक्त बड़े मुंडे मैंने बड़ा तंग कर रहे सन चीना भाई नूं याद करके मैं उन्हां विचों इक ते हमला कर दिता उहदे मूंह चों खून निकल लग्गिया चीना भाई नूं याद करके मैं इह सब कुछ कर दिखाया हुण मैनूं जिथे भी कुछ गलत हुंदा दिखता तां मैं उहदे खिलाफ जांदा चाहे कोई भी होवे मैं चीना भाई दे राह ते ही चलन लग पिया सी मैनूं लगदा सी कि चीना भाई जो भी करदे ने इंसाफ खातर करदे ने स्वामी तू सुनिया केंद्र तार कितों तक जुड़े हुए ये अपने कृष्ण मूर्ति का मुंडा है आ जा दादागिरी करता कुड़ी छेड़ दा कुड़ी छेड़ेगा हुण दिखा तो दी चलो 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 आजा चल 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 ओए ओए चल ओए चलो ओए चलो 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 चल गाने दे नु मैं चलो ओए
चल ओए की है तू ना दी कुटाई की थी और दुम दबा के भज गए जे वापस आए तो मैं की करांगे चलो 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 सुनो पता है ना किथे जाना है बाजार तो थोड़ा सामान लेना है ए रुक 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 स्टॉप एथे वेट कर ओए 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 की कर ओए ओए एक आइसक्रीम दे ए वीर भी टेस्ट करके देखेगा ए रुक 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 जरा ओए सॉरी रहे हैं। बस मेरा मन कर रहा है इसलिए कीता हूं चल ए रुक 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 हूं क्या तू घर विच भी घुसेगा ओ वेख चौथा घर ब्राउन गेट वाला नंबर 33 पापा सुब्रमण्यम पीवीएस च काम करते ने और वो बच्ची जो मेरे नाल सी ओदा नाम सूजी है दादी भी मेरे नाल रहंदे ने अच्छा वो सब छड़ मेरा नंबर है 9442405056 ए बार बार फोन करके परेशान ना करी मेरे घर दे चक्कर ना लगाई ठीक है ते आ सब कुछ भूल जाई ओके हुन निकल बाय बाय मैं जानती हाँ वो आएगा कुछ भी नहीं भूल सकेगा वो मैनू पसंद है एदे नाल वधिया लग्या इनू भी जरूर वधिया लगा होवेगा चीना भाई तुसी अक्सर एक जगह जाया करदे सी ओ किथे साडे हेडमास्टर दे घर विच मैं उत्थे ट्यूशन पढ़ जांदा सीगा पद्मा दीदी मैनू पता है मैं देखिया सी कई बार तुसी ओदे नाल सवेरे सवेरे बाइक ते जांदे सी सब पता है मैनू की पता तेनू पूरे पिंड नूं पता है ए ए तू तू बस सामने वेख हां ठीक है की होया चीना भाई कोई गल नहीं बोलो ना कुछ नहीं बस सब कुछ बदल गया छड्डो पुरानियां गल्लां ओ अलग है मैं अलग हां पता नहीं ओ किथे होगी किवें होगी तुसी फिर कदे ओनू कदे देख्या सी के किथे वेखदा ओनू मैं मेरा रास्ता ओदे तों अलग है जिंदगी दे तौर तरीके बिल्कुल अलग हो गए ने लेफ्ट को जा रहा ओए राइट ते जाना सी ना ये राह भी तो राइट है ना चीना भाई अरे किधर जा रहे हैं देख दे जाओ कुछ दस्ता सही आप उत्थे आए हैं जिथे होना चाहिए सी ए केड़ा नवा खेड़ है हुन किथे जा रहे हैं उतरो ना चीना भाई ओए आओ ना चिन्ना भाई की है अब
तू किथे लेके आ गया मेनू चल सुनो ना चुप चाप गाड़ी बैठ जा बैठ ना ए सुन देख ये सारी गल्लां दा कोई फायदा नहीं है चल आ जा ਓ ਕੀ ਹੈ ਚਿੰਨਾ ਬਾਈ ਤੁਸੀਂ ਵੀ ਨਾ ਤੇ ਤੂੰ ਨਹੀਂ ਬੈਠੇਗਾ ਤੁਸੀਂ ਉਹਦੇ ਨਾਲ ਗੱਲ ਕਰੋਗੇ ਕਿ ਨਹੀਂ ਦੇਖੋ ਵਿਚਾਰੀ ਹਜੇ ਵੀ ਉੱਥੇ ਖੜੀ ਹੈ ਚਿੰਨਾ ਬਾਈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਦੇਖਦੇ ਹੀ ਕਿੱਦਾਂ ਸ਼ਰਮਾ ਕੇ ਭੱਜ ਗਏ ਤੁਹਾਡਾ ਨਾਂ ਸੁਣਦੇ ਹੀ ਨਾ ਸ਼ਰਮ ਨਾਲ ਲਾਲ ਹੋ ਗਏ ਸੀ ਕਿੱਥੇ ਜਾਣਗੇ ਲਿਆਉਣਾ ਫੜ ਕੇ ਸ਼ੇਖਰ ਜੇ ਉਹਨਾਂ ਦੀ ਮਰਜ਼ੀ ਨਹੀਂ ਹੈ ਐਦਾਂ ਕੁਝ ਨਹੀਂ ਹੈ ਉਹਨਾਂ ਦੇ ਨੇੜੇ ਪਹੁੰਚ ਗਿਆ ਨਾ ਹੁਣ ਉਹ ਬੱਚਾ ਚਲੋ ਚੱਲਦਾ ਦੁਕਾਨ ਦੇ ਸਾਰੇ ਪੇਪਰ ਲੈ ਲਏ ਸ਼ੇਖਰ ਵੀ ਨਾ ਬੜਾ ਵੱਡਾ ਬੇਵਕੂਫ ਹੈ ਬਿਨਾਂ ਦੱਸੇ ਮੈਨੂੰ ਉੱਥੇ ਲੈ ਗਿਆ ਮੈਂ ਪੁੱਛਦਾ ਰਹਿ ਗਿਆ ਮੈਨੂੰ ਉੱਥੇ ਜਾ ਕੇ ਖੜਾ ਕਰਤਾ ਪਲਟਿਆ ਦੇ ਸਾਹਮਣੇ ਪਦਮਾ ਸੀ ਮੇਰੇ ਤਾਂ ਸਾਹ ਹੀ ਰੁਕ ਗਏ ਸਵਾਮੀ ਮੇਰੀ ਕੋਈ ਉਮਰ ਹੈ ਸ਼ਾਦੀ ਦੀ ਇਹ ਸਾਡੀ ਜ਼ਿੰਦਗੀ ਫਾਲਤੂ ਦੀਆਂ ਗੱਲਾਂ ਕਰਦਾ ਗਲਤ ਗੱਲ ਥੋੜੀ ਹੈ ਦਸਵਾਂ ਵਿਆਹ ਥੋੜੀ ਹੈ ਪਹਿਲਾਂ ਸ਼ਾਦੀ ਹੈ ਨਾ ਤਾਂ ਪੁੱਛੇਗਾ ਤੁਹਾਨੂੰ ਹੇ ਤੈਨੂੰ ਤਾਂ ਮੇਰਾ ਸਾਥ ਦੇਣਾ ਚਾਹੀਦਾ ਤੇ ਤੂੰ ਉਹਦੀ ਤਰਫਦਾਰੀ ਕਰ ਰਿਹਾ ਕੋਈ ਤਾਂ ਪਹਿਲ ਕਰੂਗਾ ਨਾ ਉਹ ਬਿਲਕੁਲ ਸਹੀ ਕਹਿ ਰਿਹਾ ਕੀ ਸਹੀ ਕਹਿ ਰਿਹਾ ਜਾ ਸਾਰੇ ਦੇ ਸਾਰ ਮਿਲੇ ਹੋਏ ਨੇ ਛੇ ਓਏ ਹਟ ਜਾ ਹਟ ਜਾ ਹਟ ਜਾ ਹਾਂ ਕੀ ਹੋਇਆ ਸਭ ਨੂੰ ਗਾਲਾਂ ਪੈ ਰਹੀਆਂ ਹੈਗੇ ਹੁਣ ਮੈਂ ਆ ਗਿਆ ਨਾ ਸਵਾਮੀ ਤੈਨੂੰ ਕੁਝ ਪਤਾ ਨਹੀਂ ਹੈ ਸਵਾਮੀ ਉਹਦਾ ਨਾਂ ਲੈਂਦੇ ਚਿਹਰੇ ਤੇ ਇੱਕ ਇਹੋ ਜਿਹੀ ਰੌਣਕ ਆਹ ਸੌ ਲੱਗੇ ਉਹ ਹਵਾ 'ਚ ਉੱਡਣ ਲੱਗ ਪਏ ਤੇ ਗੱਡੀ ਵਿੱਚ ਪਿਆਰ ਭਰੇ ਗੀਤ ਸੁਣਨ ਲੱਗ ਪਏ ਕਿਹਦੇ ਵਾਸਤੇ ਬਾਈ ਮੈਂ ਸਭ ਕੁਝ ਜਾਣਦਾ ਓਏ ਸਵਾਮੀ ਦਿਲ 'ਚ ਲਗੋ ਕੇ ਰੱਖਣਾ ਚਾਹੁੰਦੇ ਨੇ ਓਏ ਇੱਧਰ ਆ ਉਸ ਦਿਨ ਬੱਚੀ ਦਾ ਨਾਮ ਕੁਝ ਹੋਰ ਵੀ ਰੱਖ ਸਕਦੇ ਸੀ ਨਾ ਤਾਂ ਫਿਰ ਪਦਮਾ ਹੀ ਕਿਉਂ ਰੱਖਿਆ ਹਾਂ ਪੁੱਛੋ ਮੈਂ ਬਸ ਐਵੇਂ ਜੋ ਮੂੰਹ 'ਚ ਆਇਆ ਕਹਿ ਦਿੱਤਾ ਜੋ ਦਿਲ 'ਚ ਨਾ ਹੋਏ ਜ਼ੁਬਾਨ ਦੇ ਕੇ ਦਾਊ ਏ ਮੇਰੀ ਗੱਲ ਸੁਣ ਤੇਰੀ ਬੇਟੀ ਦਾ ਨਾਮ ਪਦਮਾ ਨਹੀਂ ਹੈ ਉਹਦਾ ਕੋਈ ਹੋਰ ਨਾਮ ਰੱਖ ਦਿਓ ਬਦਲ ਕੁੜੀ ਦਾ ਨਾਮ ਬਦਲ ਦਿਓ ਪਰ ਪਦਮਾ ਉਹੀ ਰਹੂਗੀ ਹਾਂ ਏ ਉਹ ਸਵਾਮੀ ਮੈਨੂੰ ਸਪੋਰਟ ਕਰਨਾ ਕੁਛ ਤਾਂ ਬੋਲ ਤੁਹਾਡੀ ਹਰ ਗੱਲ ਮੁੰਡੇ ਮੰਨਦੇ ਨਾ ਤਾਂ ਤੁਹਾਨੂੰ ਵੀ ਮੰਨਣੀ ਚਾਹੀਦੀ ਆ ਸਵਾਮੀ ਨੇ ਕਹਿਤਾ ਗੱਲ ਖਤਮ ਓਏ ਸ਼ੇਖਰ ਪਾਰਟੀ ਕਿੱਥੇ ਰੱਖਣੀ ਆ ਵਿਆਹ ਕਿੱਥੇ ਹੋਏਗਾ ਦੱਸੋ ਪਾਰਟੀ ਹੰਗਾਮਾ ਸ਼ਰਾਬ ਕਬਾਬ ਸਭ ਕੁਝ ਹੋਊਗਾ ਬੱਚਿਆਂ ਨਾ ਧੋ ਗਏ ਮੇਰੇ ਰੱਬਾ ਪੂਰੇ ਕਰ ਦੋ ਹੀ ਸਾਰਾ ਸੀ ਚੰਨਾ ਭਾਈ ਸ਼ਿਵਾਰਾਮ ਦਾ ਬੰਦਾ ਆਇਆ ਸੀ ਮਾਰਕੀਟ ਮੇ ਜਿਹੜਾ ਲੋਚਾ ਹੋਇਆ ਸੀ ਨਾ ਉਹਦਾ ਬਦਲਾ ਲੈਣ ਦੇ ਲਈ ਉਹਨੇ ਫਾਇਰਿੰਗ ਕਰਾਈ ਹੈ ਭਾਈ ਉਹਨਾਂ ਨੇ ਆਪਣੇ ਆਦਮੀਆਂ ਦਾ ਖੂਨ ਵਹਾਇਆ ਹੈ ਮੈਂ ਕਿਸੇ ਨੂੰ ਵੀ ਜ਼ਿੰਦਾ ਨਹੀਂ ਛੱਡੂੰਗਾ ਸ਼ੇਖਰ ਤੁਮ ਕਿਆ
भाई मैं कुमार बोल रहा शेखर इतने हंगामा कर रहा है। ओए सुनो तुसी सारे इस वेले कित्थे हो? क्यों भाई की मामला है? शेखर उत्थे आ गया है तुसी होशियार रहना। हाँ असी सारे इकट्ठे हैं जे सामने आया तो मेरे सारे दे सारे पंडर उत्थे ने उन्हां नूं कोई कुछ नहीं कर सकदा ओ सारे लोग के महफूस ने। कौन है तू? कितने होर जाके इस बच्चे नूं जन्म दे। माफ कर दो। मैं मना किया सी ओ नहीं मने ते मुसीबत मेरे गले विच पाती। मैं चाहुंदा सी कि तेनू एक खून खराबा ना देखना पवे पर आउंदे ही देखना पिया तेनू दुख होया ना। मैं अपने हालात चंगी तरह जानदा एक रात भी असी सकून ना नहीं सो सकदे पदवा। सुनो जी ये किदां दा घर है टूटी च पानी नहीं आ रहा समान खिल रहा पिया है पहला इनू चंगी तरह ला दवा। मैं हमेशा तो होस्टल च रही हाँ ते मैनू खाना बहुत चंगी तरह बनाउणा नहीं आउंदा है थोड़ा बहुत जिवें तिवें बनाया है। किद्दां लग्या तुहानू? मैं की कहा ते तू की कह रही है? मैं तुहाडे नाल की पहली वारी मिल रही हाँ तुहाडे हत्थां विच हथियार खून खराबा ये सब तो मैं बचपन तो वेखदी आ रही हाँ सब जानदी हाँ। मैं इत्थे तुहाडे नाल जिंदगी गुजारन दे सपने लैके आई हाँ मौत आने तो पहला तुहाडे नाल एक भी दिन गुजार लवां मेरे लिए यह खुशकिस्मती होवेगी। अच्छा तुसी मेरा एक काम करोगे? कि दिन भर च तुसी जो भी काम करदे हो उन्हों हमेशा चप्पल दी तरह घर दे बाहर छड़ के आए हो ये वादा करो मेरी तुहाडे तो बस यही गुजारिश है। ओए पचो पचो क्यों गोली चली गोली ओए पचो 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 ओए पचो इत्थो गोली चलेगी ये सब की चल रहा है पचो ओ जान बचाओ पचो इत्थो ओ चलो चलो हट जाओ हट जाओ हट जाओ हट जाओ ओ चलो 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 जरूरी सी क्या वो भी इन्नी दूर मेरी वाल वेख भी नहीं रहे मैंने चक्कर आ रहे ने और उत्तो है जानलेवा गर्मी मैं खड़ी भी नहीं हो पा रही ताकत भी नहीं हैगी। हाँ मेरे लिए जूस मंगवा। ओ हाँ कौन सी हो? ओए उन तनु की चाहिदा है उन्हें तो दस्या जूस क्यों फाल तुझे परेशान कर रही है? की क्या मैं परेशान कर रही हाँ? एक ता पहला मेरे घर दे छत्ते टपकदा हां उस दिन भी बस स्टॉप ते अचानक ही टपक पिया सी ते लफंगियां दी कुटाई कीती मजबूरी विच बाइक ते बैठना पिया ते कह रहे है कि मैं परेशान कर रही हां मेनू कोई शौक नहीं है। जल्दी तो जूस लेके आओ घर विच वेख नहीं सकदी तेनू इसलिए तेनू वेखण लई भज रही सी फिर किसी ने दस्या कि तेरा नाम शेखर है इंज पता चलिया तेरा नाम। मैं कदों तो बोली जा रही हां तेरा ध्यान किथे है? शूट कर दूंगा मेरे बारे जानती नहीं है तू जे दोबारे आले दुआले डगी ना तो तेरा आखिरी दिन होगा।
शिवराम का फोन क्यों लग रहा? उन्होंने शिवराम नू मारता। किन्ने मारिया? चिन्ना ने। वो मार्केट के धंधे विच वड़ना चाहता है। असी उन्हें रोकने की कोशिश नहीं की पर गॉड एक छोटी जी गलती करके सारा काम चौपट हो गया। की बकवास कर रहे हो तुसी? हैं? की गल कर रहे हो? कौन है वो? हैं? धंधे दे विच आण वालों छड़ दिता? साढ़े खिलाफ खड़ी होने की हिम्मत की उन्हें? तो तुसी लोकी बैठे हो आते हाथ धर के? सच्चाई कदों तक छुपाओगे? कौन है वो? तू कुछ ना कर, तेरे वास्ते गल नहीं है। पापा ये काम मैं करूंगा, फिकर ना करो, काम खत्म करूंगा। मैं बाहर दे आदमियों नूं सदूंगा, वो काम निपटा देंगे, आपां नूं कुछ करने की जरूरत नहीं पवेगी, भरोसा रखो। ठीक है। बोलो। एक मिनट, कितने शेखर? तीजा माला। हाँ हुण बोलो। ठीक है कर लो, उहदे च की है? ए रुक, ए अपना आदमी है, अपना आदमी है, खड़ा हो जा। माफ करियो है। तू पीछे हट, पीछे हट। तू ठीक है ना? अरे इंजीनियर है, पता नहीं सी, सॉरी। तू जा जा। की करता है? देख तो लिया कर कि कौन है, बट टूट पैना है। ओ गलती होगी भाई, पता नहीं सी तुहानू जानन वाला है। एकदम कोले आके थोड़ी पेट ते हथ रख्या, उन्हें मैनू कुछ समझ नहीं आया, तो मैं हुण थले धक्का मारता, हुण मैं की करा? तो जदों मैं उन्हें पलट के देखा तो चिन्ना भाई, चिन्ना भाई, चिन्ना भाई, चिन्ना भाई, चिन्ना भाई, चिन्ना चिन्ना भाई, 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 की होया? इधर आओ, चलो चलो चलो। भाई भाई की होया चिन्ना भाई? चिन्ना भाई चलो चलो चलो। कोई गल नहीं, इत्थे बैठो, आराम नाल चिन्ना भाई, हिम्मत रखो, हाँ मैं संभालू। तो चिन्ना भाई तुम्हें कुछ नहीं हुआ, कुछ नहीं हुआ तुम्हें। चिन्ना भाई कुछ नहीं हुआ, हाँ मैं होने आना है। हाँ एक मिनट आ बनो, आराम ना, हाँ बाद इत्थे बैठ रहे हो। आओ आओ आ जाओ। ओ चिन्ना भाई आ जाओ, आ जाओ, आ जाओ। Oh, my God.
एक मिनट में हूं आया। आजो 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 चिन्ना भाई कुछ नहीं होगा। आजो 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 भाई, मैं तुहानू कुछ नहीं होन दूंगा। जे तुहानू कुछ हो गया तां उदास क्यों हो रहा है? कुछ नहीं होएगा उन्हें। जानता है ना उन्हें रोना पसंद नहीं है। आ उन्हें आराम करन दे। चल की होया उनू? पापा उनू अजे तक होश नहीं आया, उन्हें अजे तक आँख नहीं खोली। बस मैनु कोई जवाब नहीं चाहिए। कम खत्म करो, मैं तुहाडे अद्धे अधूरे किस्से नहीं सुनना चाहुंदा। जद मैं सो के उठा तद तक मैनु एक खबर मिल जानी चाहिए है कि मेरा कोई भी दुश्मन जिंदा नहीं बचा है। निकलो। तो सुता सी वही जगह नहीं है, ही सोच रहा है ना? इत्थे दुनिया तेरे इशारियां ते नहीं नचदी।
तेरे लोग तेरी ताकत तेरा किला सब खत्म हो गया ते तेनू पता भी नहीं चलिया कदों किडनैप हो गया इत्थे सारे कोले बंदूकां ने कोई किसी नू भी मार सकता है तू इस उम्र च कईआं नू मौत दे घाट उतारिया ते मैं किन्ने नू मारिया होगा पर मैं तेरा नमक खाता है इसलिए तेरे लिए थोड़ा रहम सी पर कल जो खून बहया उन्दे नाल बह गया हुण कोई रहम नहीं तेरी यह जिंदगी जिन्हों मैं कई बार बचाया है उन्हों तेरे तो नहीं खोऊंगा मैनू तेरी जिंदगी नहीं चाहिए पर जो तू कम करता है जो लोग तेरे आस पास ने जो तू गंदगी फैलाना है वो सब बंद कर दे अगर तू अपनी हद विच रहेगा तो मैं भी अपनी हद पार नहीं करूंगा फैसला तू ही करना है अगली बार मौका नहीं दूंगा चल शेखर फिर कदे चिन्ना बाई दे वल नजर चक्की ना तो गोलियां आसे पासे नहीं खोपड़ी च वजणगियां ਹੋਰ ਤਾਇਆ ਜੀ ਦੱਸੋ ਕਿੱਥੇ ਜਾਣਾ ਹੈ ਵੋਟ ਕਲੱਬ ਜਾਣਾ ਹੈ ਵੋਟ ਕਲੱਬ ਜਾਣਾ ਹੈ ਉਹ ਕਿੱਥੇ ਹੈ ਅੜਿਆਰ ਵਿੱਚ ਕੀ ਤਾਇਆ ਜੀ ਰਾਤ ਦੀ ਚੜ੍ਹੀ ਹੈ ਤੇ ਉਤਰੇ ਨਹੀਂ ਕਿ ਕਾਂਚੀਪੁਰਮ ਵਿੱਚ ਖੜੇ ਹੋ ਕੇ ਅਧਿਆਰ ਦਾ ਪਤਾ ਪੁੱਛ ਰਹੇ ਹੋ ਕਾਂਚੀਪੁਰਮ ਹੋਰ ਕੀ ਓ 2000 ਲਊਂਗਾ ਚੱਲੂਗਾ ਨਾ ਬੈਠੋ ਆ ਜਾਓ पापा दसो ती गल की हुई है बोलो ना पापा दसो ना पूरे शहर नु सुनाएगा दरवाजा बंद कर दे तमाशा बनाओगे मेरा चक के ले गए मैनू रात नु ही अगवा कर लिया मैनू दूर किते ले जाके पिस्तौल लाती मेरे हिक ते जान दियो ए तुसी लोकी किथे मर गए उस वेले किथे मर गए सी तुसी मैं उन्हें खत्म कर दूंगा रुक जा छोड़ दो मैनू शांति रख छोड़ दो मैनू असि देखना नहीं बचूंगा मैं छुए कल सुन रुक जा होश गवा बैठे की तू अपना पापा मेरी गल ध्यान नाल सुनो ये इन्ना आसान नहीं हैगा जिन्ना जानता कि साड़ी पहुंच ते ताकत कित्थे तक है हुण ओह कल्ला नहीं है ओह पहले वर्गे हालात नहीं रहे हाँ पापा हुण ओहदे नाल शेखर भी है ते ओह कोई मामूली इंसान नहीं है पापा मैं नहीं चाहता असीं उन्हां नाल कोई पंगा लईए ये साडे लई खतरनाक हो सकदा पापा तू साडे नाल है क्यों उन्हां दे नाल मिलिया है पापा ठीक ठाक घर आ गए गल खत्म उन्हें पापा नूं चक्किया ते असीं उन्हूं छड्ड दईए समझण दी कोशिश कर जो हो गया भुल जा भुल जावा हुण उन्हूं पछताउणा पऊगा मैं दिखाउणा आपदी ताकत छड्ड दो चल चालू कर जल्दी 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 जा चल ओके है ना कि एक मिनट क्यों है हेलो उस दिन सावन तो उतार के सवे आवाज आ रहे हैं मनी बोल रहे हैं हेलो
ਆ ਦੱਸ ਸੋਏ ਪੇਰੇਂਟ ਦੇ ਬੰਦੇ ਘਰ ਤੱਕ ਆ ਗਏ ਨੇ ਸੰਭਲ ਕੇ ਰਹੀ ਇੱਥੇ ਬਹੁਤ ਸ਼ੋਰ ਹੋ ਰਿਹਾ ਕੀ ਕਹਿ ਰਹੇ ਖਤਮ ਕਰ ਦੋ ਸਾਰਿਆਂ ਨੂੰ ਬਚਣਾ ਨੀ ਚਾਹੀਦਾ ਮਾਰ ਦੋ ਸਾਰਿਆਂ ਨੂੰ ਬਚੋ ਬਚੋ ਮੈਂ ਦੇਖਦਾ ਪਤਾ ਨੀ ਕੌਣ ਲੋਕ ਨੇ ਚਲੋ ਚਲੋ ਜਾ ਕੇ ਲੱਭੋ ਉਹਨੂੰ ਬਾਹਰ ਨਿਕਲ ਬਾਹਰ ਨਿਕਲ ਪਦਮਾ ਕਿੱਥੇ ਲੁਕਿਆ ਸਾਹਮਣੇ ਆ ਮੇਰੇ ਬਾਹਰ ਨਿਕਲ ਚੱਲ 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 ਬਾਹਰ ਨਿਕਲ ਨਿਕਲ ਬਾਹਰ ਨਿਕਲ ਨਿਕਲ ਬਾਹਰ ਨਿਕਲ ਚੱਲ ਨਿਕਲ ਸ਼ੇਖਰ ਆਪਣਾ ਤਰੀਕਾ ਬਦਲਣਾ ਪਊਗਾ ਹਰਬੜ ਤੋਂ ਇੱਕ ਵੀ ਗੱਡੀ ਇੱਥੇ ਆਉਂਦੀ ਨਹੀਂ ਪਈ ਹਾਲਾਤ ਬਿਲਕੁਲ ਬਦਲ ਗਏ ਨੇ ਜਿੱਥੇ ਵੇਖੋ ਸਾਰੇ ਪਾਸੇ ਉਹਨਾਂ ਦੇ ਬੰਦੇ ਨੇ ਝੂਠ ਝੂਠ ਹੈ ਸਭ ਹੈ ਰੁਕ ਰੁਕ ਅਰੇ ਪੈਦਾ ਕਿੱਥੇ ਇੱਕ ਨਜ਼ਰ ਨਾਲ ਸਭ ਨੂੰ ਨਹੀਂ ਵੇਖਣਾ ਚਾਹੀਦਾ ਪੈਸੇ ਦੇ ਮਜ਼ਦੂਰਾਂ ਦੇ ਮਾਮਲੇ 'ਚ ਅਸੀਂ ਨਹੀਂ ਪੈਂਦੇ ਇਹ ਕੰਮ ਪੈਰੀਆਰ ਕਰਦਾ ਹੈ ਹੁਣ ਤੁਸੀਂ ਲੋਕ ਜਾਓ ਰੁਕ ਜਾਓ ਅਸੀਂ ਥੋੜਾ ਸਾਥ ਦੇਵਾਂਗੇ ਕੋਈ ਮੁਸੀਬਤ ਨਹੀਂ ਆਊਗੀ ਸਾਡੇ ਤੇ ਛੱਡ ਦਿਓ ਹੁਣ ਜਾਓ ਐ ਕਿੱਦਾਂ ਦਾ ਬੰਦਾ ਹੈ ਨਾਰਾਇਣ ਹੈ ਕਿੱਦਾਂ ਹੈ ਸਾਡੇ ਨਾਲ ਗੱਲ ਵੀ ਨਹੀਂ ਕੀਤੀ ਤੇ ਉਹਨਾਂ ਨਾਲ ਜਾ ਕੇ ਮਿਲ ਗਿਆ ਹੈ ਉਹ ਤਾਂ ਕੋਈ ਮਾਨ ਧਰਮ ਹੈ ਕਿ ਨਹੀਂ ਹੁਣ ਧੰਦਾ ਤਾਂ ਕਰਨਾ ਹੀ ਹੈ ਨਾ ਹੁਣ ਬਾਜ਼ੀ ਉਹਨਾਂ ਦੇ ਹੱਥ ਵਿੱਚ ਹੈ ਲੋਕਾਂ ਨੂੰ ਸਾਡੇ ਨਾਮ ਤੋਂ ਡਰ ਵੀ ਨਹੀਂ ਲੱਗਦਾ ਪਹਿਲਾਂ ਵਾਲੀ ਗੱਲ ਨਹੀਂ ਰਹੀ ਨਾਰਾਇਣ ਦਾ ਉਹਦੇ ਨਾਲ ਜਾਣਾ ਸਾਡੇ ਲਈ ਹਾਨੀਕਾਰਕ ਹੈ ਇਸ ਲਈ ਮੈਂ ਤੁਹਾਨੂੰ ਇਹ ਦੱਸਣ ਆਇਆ ਉਹਨਾਂ ਜੀ ਕਿੱਥੇ ਹੈ ਗਿਆ ਕਬਰਾਂ ਚ ਚ
ਚਿੰਨਾ ਬਾਈ ਤੋਂ ਬਾਅਦ ਤੁਹਾਡੇ ਕੋਲ ਕੋਈ ਢੰਗ ਦਾ ਬੰਦਾ ਨਹੀਂ ਬਚਿਆ। ਬੰਬੇ ਜਾਣ ਤੋਂ ਪਹਿਲਾਂ ਫੋੜਨਾ ਸੀ ਜਾਂ ਫਿਰ ਉਤਰਨ ਤੋਂ ਪਹਿਲਾਂ ਕਰਨਾ ਸੀ ਤਾਂ ਹੋ ਸਕਦਾ ਸੀ ਕਿ ਉਹ ਮਰ ਜਾਂਦਾ। ਟਾਈਮ ਬੰਬ ਵਿੱਚ ਟਾਈਮਿੰਗ ਜ਼ਰੂਰੀ ਹੈ। ਜਦ ਤੱਕ ਮੈਂ ਹਾਂ ਚਿੰਨਾ ਬਾਈ ਨੂੰ ਕੁਝ ਨਹੀਂ ਹੋ ਸਕਦਾ, ਯਾਦ ਰੱਖੀ। ਬਹਿ ਜਾ, ਬਹਿ ਜਾ। ਹੁਣ ਇੱਥੇ ਸਿਰਫ ਸਾਡੀ ਆਵਾਜ਼ ਸੁਣਾਈ ਦਊਗੀ, ਕੋਈ ਪਲਟ ਕੇ ਜਵਾਬ ਨਹੀਂ ਦੇ ਸਕਦਾ। ਸਹੀ ਫਰਮਾਇਆ ਤੁਸੀਂ, ਸਾਨੂੰ ਸਵਾਲ ਜਵਾਬ ਕਰਨ ਵਾਲਾ ਕੋਈ ਨਹੀਂ ਹੈ। ਸਵਾਮੀ ਸਾਰੇ ਇੱਥੇ ਆਓ। ਆ ਭਾਈ, ਇੱਥੇ ਕੀ ਹੋ ਰਿਹਾ ਜਨਾਬ? ਜਿੱਥੇ ਵੀ ਝਗੜਾ ਹੁੰਦਾ ਹੈ, ਗੈਂਗਵਾਰ ਹੁੰਦਾ ਹੈ, ਫਸਾਦ ਹੁੰਦਾ ਹੈ, ਉੱਥੇ ਜਨਤਾ ਆਰਾਮ ਨਾਲ ਕਿਵੇਂ ਕੰਮ ਕਰ ਸਕਦੀ ਹੈ? 3 ਮਹੀਨਿਆਂ ਵਿੱਚ 13 ਖੂਨ ਹੋਏ ਨੇ, ਇਹਨਾਂ ਵਿੱਚੋਂ ਤਾਂ 8 ਤਾਂ ਨਾਮਚੀਨ ਬੰਦੇ ਸੀ। ਇਹ ਖੂਨ ਸਾਰਿਆਂ ਦੇ ਸਾਹਮਣੇ ਹੋ ਰਹੇ ਨੇ, ਪੁਲਿਸ ਕਾ ਤਮਾਸ਼ਾ ਵੇਖ ਰਹੀ ਸੀ। ਤੁਸੀਂ ਪੁਲਿਸ ਸ਼ਾਂਤੀ ਰੱਖੋ, ਮੈਂ ਤੁਹਾਨੂੰ ਮੈਂ ਜਵਾਬ ਦੇਵਾਂਗਾ। ਕੀ ਕਰਕੇ ਪੁੱਛੋ? ਹਾਂ ਪਲੀਜ਼, ਸਾਨੂੰ ਸਿਰਫ ਜਵਾਬ ਨਹੀਂ ਚਾਹੀਦਾ, ਸਾਨੂੰ ਐਕਸ਼ਨ ਚਾਹੀਦਾ ਹੈ। ਤੁਸੀਂ ਇੱਥੋਂ ਦੇ ਨਵੇਂ ਕਮਿਸ਼ਨਰ ਹੋ, ਕੀ ਕਰਨ ਵਾਲੇ ਹੋ ਤੁਸੀਂ? ਦੇਖੋ ਮੈਂ ਕੁਝ ਨਹੀਂ ਕਰਨ ਵਾਲਾ, ਇਹ ਸ਼ਹਿਰ ਵਿੱਚ ਕੀ ਚੱਲ ਰਿਹਾ ਤੁਹਾਡੀ ਤਰ੍ਹਾਂ ਮੇਰੀ ਵੀ ਸਮਝ ਤੋਂ ਬਾਹਰ ਹੈ। ਸਰ ਕੀ ਤੁਸੀਂ ਅਖਬਾਰ ਨਹੀਂ ਪੜ੍ਹਦੇ? ਅਸੀਂ ਅਖਬਾਰ ਦੇ ਵਿੱਚ ਪਿਕਚਰਾਂ ਦੇ ਨਾਲ ਕ੍ਰਾਈਮ ਦੀ ਖਬਰਾਂ ਛਾਪਦੇ ਨੇ। ਹਾਂ ਵੇਖਿਆ, ਅਕਸਰ ਜਨਤਾ ਤੇ ਪ੍ਰੈਸ ਦੀ ਜਾਣਕਾਰੀ ਤੋਂ ਬਿਨਾਂ ਸ਼ਹਿਰ ਵਿੱਚ ਕੋਈ ਕ੍ਰਾਈਮ ਕਦੇ ਵੀ ਨਹੀਂ ਹੁੰਦਾ ਹੈ। ਜਨਤਾ ਖੁਦ ਅਪਰਾਧੀ ਨੂੰ ਵੇਖ ਕੇ ਡਰ ਜਾਂਦੀ ਹੈ, ਉਹ ਉਹਨਾਂ ਦੇ ਖਿਲਾਫ਼ ਕਦੇ ਮੂੰਹ ਨਹੀਂ ਖੋਲਦੀ। ਪ੍ਰੈਸ ਸਿਰਫ ਉਹਨਾਂ ਨੂੰ ਇੱਕ ਮੁੱਕਾ ਪਾਵੇ ਤੇ ਉਹਨਾਂ ਨੂੰ ਹੀਰੋ ਬਣਾ ਦੂਗੀ। ਸੜਕ ਤੇ ਬਿਜਲੀ ਦੀ ਵਾਂਗ ਪੁਲਿਸ ਵੀ ਇੱਕ ਸਰਕਾਰੀ ਮਹਿਕਮਾ ਹੈ, ਕੋਈ ਫਰਕ ਨਹੀਂ ਹੈ, ਇਹ ਸਭ ਕੁਝ ਹਮੇਸ਼ਾ ਏਦਾਂ ਹੀ ਚੱਲਦਾ ਰਹੂਗਾ। ਸਾਨੂੰ ਖਬਰ ਮਿਲੀ ਹੈ ਕਿ ਤੁਸੀਂ ਮੁੰਬਈ ਤੋਂ ਸਪੈਸ਼ਲ ਇਸ ਕੰਮ ਵਾਸਤੇ ਆਏ ਹੋ। ਕਿੱਦਾਂ ਦੇ ਗੈਰ ਜ਼ਿੰਮੇਦਾਰਾਂ ਨਾਲ ਸਵਾਲ ਕਰ ਰਹੇ ਹੋ ਤੁਸੀਂ? ਉਹ ਪੁਲਿਸ ਵਾਲੇ ਵੀ ਤਾਂ ਤੁਹਾਡੀ ਹੀ ਤਰ੍ਹਾਂ ਆਮ ਇਨਸਾਨ ਹੁੰਦੇ ਨੇ ਨਾ, ਉਹਨਾਂ ਦਾ ਵੀ ਕਾਰੋਬਾਰ ਹੁੰਦਾ ਹੈ। We will do our best. ਮਹਿੰਗੀ ਗੱਡੀ ਚ ਬਹਿ ਕੇ ਸਾਨੂੰ ਮਿਲਦੀ ਹੈ ਉਹ ਪੁਰਾਣੀ ਖਟਾਰਾ ਜਿਹੜੀ ਚੱਲਦੀ ਘੱਟ ਰਹਿੰਦੀ ਜ਼ਿਆਦਾ ਹੈ। ਪੁਲਿਸ ਨੂੰ ਪੈਟਰੋਲ ਤੋਂ ਲੈ ਕੇ ਪੇਪਰਾਂ ਤੱਕ ਹਰ ਕਾਗਜ਼ ਦਾ ਹਿਸਾਬ ਦੇਣਾ ਪੈਂਦਾ ਹੈ, ਕਈ ਫਾਰਮੈਲਿਟੀਜ਼ ਪੂਰੀ ਕਰਨੀ ਪੈਂਦੀ ਨੇ। ਸਾਡੇ ਵੀ ਤਾਂ 20 ਬੱਚੇ ਨੇ ਸਰ, ਇਸ ਲਈ ਸਾਨੂੰ ਵੀ ਡਰ ਲੱਗਦਾ ਹੈ। ਵੈਸੇ ਸਾਨੂੰ ਕਦੀ ਕਦੀ ਬੇਮਾਨੀ ਕਰ ਲੈਣੀ ਚਾਹੀਦੀ ਹੈ ਨਾ? ਇੱਦਾਂ ਕੀ ਵੇਖ ਰਿਹਾ? ਜੇ ਬੀਵੀ ਬੱਚਿਆਂ ਦੀ ਫਿਕਰ ਹੈ ਤੇ ਇਸ ਪੇਸ਼ੇ ਵਿੱਚ ਕਿਉਂ ਆਇਆ ਹੈ? ਤੇਰੇ ਵਰਗੇ ਲੋਕਾਂ ਦੀ ਵਜ੍ਹਾ ਕਰਕੇ ਗੁਨਾਹਗਾਰਾਂ ਦੀ ਹਿੰਮਤ ਵੱਧਦੀ ਹੈ। ਸਭ ਤੋਂ ਪਹਿਲਾਂ ਤੇਰੇ ਵਰਗਿਆਂ ਨੂੰ ਕੱਢ ਦੇਣਾ ਚਾਹੀਦਾ ਹੈ। ਵਰਦੀ ਪਾ ਕੇ ਜਿਹੜਾ ਪੁਲਿਸ ਭਰਤੀ ਹੁੰਦਾ ਹੈ, ਗੁੰਡਿਆਂ ਦੀ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਉਹਨਾਂ ਨੂੰ ਸਲਾਮ ਕਰਨ ਦੇ ਲਈ, ਇਹ ਮਹਿਕਮਾ ਪੈਸੇ ਕਮਾਉਣ ਵਾਸਤੇ ਨਹੀਂ ਹੈ, ਸ਼ਿਕਾਰ, ਸ਼ੇਰ ਦਾ ਸ਼ਿਕਾਰ। ਤੁਸੀਂ ਸ਼ੇਰ ਨੂੰ ਨਹੀਂ ਦਬੋਚਿਆ ਤੇ ਉਹ ਤੁਹਾਨੂੰ ਦਬੋਚ ਲੇਗਾ। ਆਇਆ ਸਮਝ ਵਿੱਚ? ਪੁਲਿਸ ਵਾਲਾ ਕੀ ਸੋਚ ਰਿਹਾ ਹੈ ਤੇ ਉਹ ਕੀ ਕਰਨ ਵਾਲਾ ਹੈ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਹੈ, ਸਮਝ ਗਿਆ? ਬਟਨ ਬੰਦ ਕਰ, ਆ ਜਾ। ਸੋਰੀ, ਬੋਲੋ ਸਰ। ਸਾਡੀ ਪੂਰੀ ਲਿਸਟ ਤਿਆਰ ਹੈ। ਸ਼ਹਿਰ 'ਚ 2 ਗੈਂਗ ਨੇ, ਇੱਕ ਚਿੰਨਾ ਗੈਂਗ, ਦੂਜਾ ਪੈਰੀਅਰ ਗੈਂਗ। ਪੈਰੀਅਰ ਦੇ ਖਿਲਾਫ਼ ਚੱਲਣ ਵਾਲਾ ਚਿੰਨਾ ਸ਼ੁਰੂ 'ਚ ਇੱਕ ਆਮ ਬੰਦਾ ਸੀ, ਪਰ ਹੁਣ ਉਹ ਬਹੁਤ ਪਾਵਰਫੁਲ ਬਣ ਚੁੱਕਿਆ ਹੈ। ਜਦ ਤੋਂ ਸ਼ੇਖਰ ਚਿੰਨਾ ਗੈਂਗ 'ਚ ਸ਼ਾਮਿਲ ਹੋਇਆ ਹੈ, ਇਹ ਤਦ ਤੋਂ ਸ਼ੁਰੂ ਹੋਇਆ ਹੈ, ਤਾਂ ਸ਼ੇਖਰ ਦੀ ਵਜ੍ਹਾ ਤੋਂ ਚਿੰਨਾ ਸਟਰੋਂਗ ਹੋਇਆ ਹੈ। ਭੀਮਾ ਦੇ ਵਾਂਗੂ ਹੀ ਉਹ ਦੁਸ਼ਮਣ 'ਤੇ ਭਾਰੀ ਪੈਂਦਾ ਹੈ। ਠੀਕ ਹੈ, ਸਾਡੀ ਕੀ ਤਿਆਰੀ ਹੈ? ਸਰ ਬਿਲਕੁਲ ਆਸਾਨ ਤਰੀਕਾ ਹੈ, ਵੈਰੀ ਸਿੰਪਲ, ਸ਼ੂਟ ਐਟ ਸਾਈਟ। ਸਰ ਇਹ ਇੰਨਾ ਸੌਖਾ ਨਹੀਂ ਹੈ, ਤਜਰਬਾ ਨਾ ਹੋਣ ਦੇ ਕਾਰਨ ਇਹ ਇੱਦਾਂ ਕਹਿ ਰਹੇ ਨੇ, ਪਰ ਤੁਸੀਂ ਤਾਂ ਜਾਣਦੇ ਹੋ ਕੰਮ ਕਿੱਦਾਂ ਹੁੰਦਾ ਹੈ। ਬਹੁਤ ਸੀ ਖਾਨਾ ਪੂਰਤੀਆਂ ਪੂਰੀਆਂ ਕਰਨੀਆਂ ਪੈਂਦੀਆਂ ਨੇ, ਕੱਲ੍ਹ ਸਾਨੂੰ ਜਾਂਚ ਕਮੇਟੀ ਅਤੇ ਮਾਨਵ ਅਧਿਕਾਰ ਲੋਕਾਂ ਨੂੰ ਜਵਾਬ ਵੀ ਦੇਣਾ ਪਊਗਾ। ਇਹ ਇੱਦਾਂ ਦੀ ਗੱਲ ਕਰ ਰਹੇ ਨੇ ਕਿਉਂਕਿ ਇਹ ਜਵਾਨ ਹੈ, ਪਰ ਇਹ ਠੀਕ ਕਹਿ ਰਹੇ ਨੇ। ਮੇਰਾ ਮਕਸਦ ਹੈ ਸ਼ਹਿਰ 'ਚੋਂ ਗੰਦਗੀ ਕੱਢਣਾ, ਹੋਰ ਕੁਝ ਨਹੀਂ। ਸ਼ੁਰੂ ਕਰੋ, ਪਰ ਯਾਦ ਰੱਖਿਓ ਕੁਝ ਵੀ ਆਫੀਸ਼ੀਅਲ ਨਹੀਂ ਹੋਏਗਾ ਅਨਆਫੀਸ਼ੀਅਲ। ਆਮ ਜਨਤਾ ਨੂੰ ਕੋਈ ਤਕਲੀਫ ਨਾ ਹੋਵੇ, ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਕੀ ਨਾਂ ਦੱਸਿਆ ਸੀ ਉਹਦਾ? ਸਰ ਸ਼ੇਖਰ। ਨਹੀਂ 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 ਨਹੀਂ, ਅੱਛਾ ਉਹ ਕਿਹਦੀ ਤਰ੍ਹਾਂ ਇਕੱਲਾ ਸਭ ਦੇ ਉੱਪਰ ਭਾਰੀ ਪੈਂਦਾ? ਜੀ ਭੀਮਾ ਵਾਂਗੂ। ਭੀਮਾ, ਇਸ ਤਰ੍ਹਾਂ ਦੇ ਸਾਰੇ ਭੀਮਾ ਦੇ ਲਈ ਅਸੀਂ ਯਮਰਾਜ ਹਾਂ। ਇਸ ਆਪਰੇਸ਼ਨ ਦਾ ਨਾਮ ਹੋਊਗਾ ਭੀਮਾ। ਕਿਸੇ ਸ਼ੈਤਾਨ ਦਾ ਕੋਈ ਅਲੱਗ ਨਾਂ ਨਹੀਂ ਹੋਣਾ ਚਾਹੀਦਾ। ਉੱਠੋ ਤੇ ਉਹਨਾਂ ਦਾ ਵਜੂਦ ਖਤਮ ਕਰ ਦਿਓ।
ਹੁਣ ਕਿੱਦਾਂ ਨਾ ਹੈ ਦੱਸ ਕੌਣ ਹੈ ਉਹ ਦੱਸ ਸ਼ੇਖਰ ਵੇ ਕੋਈ ਕੁੜੀ ਓਏ ਓਏ ਹਟ ਕੀ ਹੋਇਆ ਕੀ ਚਾਹੀਦਾ ਕਿਹਾ ਸੀ ਨਾ ਫਿਰ ਕਦੇ ਸਾਹਮਣੇ ਨਾ ਆਈ ਤਾਂ ਇੱਥੇ ਕੀ ਕੰਮ ਹੈ ਆਖਿਰ ਚਾਹੁੰਦੀ ਕੀ ਹੈ ਤੂੰ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਪੋਲੀ ਪੋਲ ਵੀਰੇ ਸਾਰੇ ਵੇਖ ਰਹੇ ਨੇ ਆਹ ਗੱਲ 25, 26, 27, 28 ਚਲੋ ਨੰਬਰ ਨੀ ਦੇਖ ਸਕਦਾ ਕਿ ਕੀ ਹੋਏ ਸੀਟ ਦੇਖ ਕੇ ਬੈਠਣਾ ਚਾਹੀਦਾ ਨਾ ਕੀ ਹੋਇਆ ਸ਼ੇਖਰ ਕੁਛ ਚਾਹੀਦਾ ਕਿ ਤੈਨੂੰ ਕੁਛ ਨਹੀਂ ਯਾਰ ਤੂੰ ਵੇਖ ਇੱਧਰ ਰਿਹਾ ਤਾਂ ਓ ਤੂੰ ਫਿਲਮ ਦੇਖ ਨਾ ਕੁਛ ਬੋਲਣਾ ਵੀ ਹੈ ਤੇ ਲੁਕਾ ਵੀ ਰਿਹਾ ਚੀਨਾ ਡਿਪਾਰਟਮੈਂਟ ਦੀ ਹਾਲਤ ਖਰਾਬ ਹੈ ਕੋਈ ਨਵਾਂ ਕਮਿਸ਼ਨਰ ਆਇਆ ਹੈ ਉਹ ਬਹੁਤ ਹੀ ਇਮਾਨਦਾਰ ਅਤੇ ਸਖਤ ਹੈ ਉਹ ਸਭ ਨੂੰ ਇੱਕ ਹੀ ਨਜ਼ਰ ਨਾਲ ਦੇਖਦਾ ਹੈ ਸਹੀ ਗਲਤ ਦੀ ਪਰਵਾਹ ਨਹੀਂ ਕਰਦਾ ਉਸਨੇ ਸਾਰੇ ਪੁਲਿਸ ਵਾਲਿਆਂ ਨੂੰ ਖੁੱਲ੍ਹੀ ਛੂਟ ਦੇ ਰੱਖੀ ਹੈ ਅਤੇ ਕਾਬਿਲ ਲੋਕਾਂ ਨੂੰ ਇਸ ਕੰਮ 'ਤੇ ਲਾਇਆ ਹੈ ਕੁਰਕ ਪੇਟੇ ਰਵੀ ਐਸਿਡ ਮਨੀ ਇਹ ਸਾਰੇ ਹੀ ਉਹਦੇ ਹੱਥਾਂ ਤੋਂ ਮਾਰੇ ਜਾ ਚੁੱਕੇ ਨੇ ਅਤੇ ਹੁਣ ਉਹ ਕਦੀ ਵੀ ਤੇਰਾ ਇਨਕਾਊਂਟਰ ਕਰ ਸਕਦਾ ਹੈ ਚੀਨਾ ਤੂੰ ਥੋੜ੍ਹਾ ਸੰਭਾਲ ਕੇ ਰਹੀਂ ਥੋੜੀ ਦਾਲ ਦੇ ਦੋ ਖਾ ਸ਼ੇਖਰ ਅੱਜ ਡੀ ਆਈ ਜੀ ਨਾਲ ਗੱਲ ਹੋਈ ਆਪਾਂ ਸਾਰੇ ਪੁਲਿਸ ਦੇ ਨਿਸ਼ਾਨੇ 'ਤੇ ਹਾਂ ਸਾਰਿਆਂ ਨੂੰ ਸਮਝਾ ਦਿੱਤਾ ਮੈਂ ਤੈਨੂੰ ਵੀ ਕਹਿ ਰਿਹਾ ਕਿ ਤੂੰ ਜ਼ਰਾ ਖਾਣਾ ਬਹੁਤ ਵਧੀਆ ਹੈ ਮੈਂ ਤੇਰੇ ਨਾਲ ਗੱਲ ਕਰ ਰਿਹਾ ਸਾਰਿਆਂ ਨੂੰ ਕਿਹਾ ਕਿ ਕੁਝ ਦਿਨ ਥੋੜ੍ਹਾ ਸ਼ਾਂਤੀ ਨਾਲ ਰਹੋ ਕਿਉਂ ਆਪਾਂ ਡਰਦੇ ਹਾਂ ਕਿ ਡਰ ਦੀ ਗੱਲ ਨਹੀਂ ਹੈ ਥੋੜ੍ਹਾ ਸ਼ਾਂਤ ਰਹਿਣ ਦੀ ਕਹਿ ਰਿਹਾ ਥੋੜ੍ਹੇ ਦਿਨ ਵੇਖਦੇ ਹਾਂ ਉਹਨਾਂ ਦਾ ਮਕਸਦ ਕੀ ਹੈ ਮੈਨੂੰ ਪਸੰਦ ਨਹੀਂ ਆ ਇਹ ਇਹ ਜੋ ਕਹਿ ਰਹੇ ਨੇ ਉਹ ਸਹੀ ਕਹਿ ਰਹੇ ਨੇ ਤੂੰ ਸੁਣਦਾ ਕਿਉਂ ਨਹੀਂ ਮੈਨੂੰ ਉਹਨਾਂ ਦਾ ਡਰ ਦਿਖਾ ਰਹੇ ਹੋ ਖਾਣਾ ਖਾ ਲਾ ਸਹੀ ਕਹਿ ਰਿਹਾ ਤੂੰ ਸਮਝਦਾ ਕਿਉਂ ਨਹੀਂ ਯਾਰ ਖਤਮ ਹੋ ਗਈ ਲੱਗਿਆ ਦੇਖ ਯਾਰ ਤੈਨੂੰ ਭੂਤਾਂ ਦੇ ਵਿਸ਼ਵਾਸ ਹੈ ਕਿ ਨਹੀਂ ਜਿਸ ਜਗ੍ਹਾ ਤੇ ਬੈਠਾ ਸੀ ਨਾ ਬੇਵਕੂਫ ਸਮਝਦਾ ਮੈਨੂੰ ਸੀਰੀਅਸ ਦੱਸ ਤੂੰ ਹੱਸ ਰਿਹਾ ਕਿਉਂ ਲੜ ਰਿਹਾ
ਉਧਰ ਗਲਾਸ ਬੀਅਰ ਪਾਉਂਦਾ ਰਹਿੰਦਾ ਹੈ ਤੇ ਤੂੰ ਪੀਂਦਾ ਰਹਿੰਦਾ ਹੈ ਬੰਦ ਰੱਖ ਖਾਂਦਾ ਹੈ ਚੜ ਗਈ ਓਏ ਚੜ ਗਈ ਤੈਨੂੰ ਚੜ ਗਈ ਹੈ ਤੈਨੂੰ ਜਦੋਂ ਤੇਰੇ ਸਾਹਮਣੇ ਆਊਗਾ ਨਾ ਉਦੋਂ ਤੈਨੂੰ ਪਤਾ ਲੱਗੂਗਾ ਸੁਣ ਸੁਣ ਕੇ ਕੰਨ ਪੱਕ ਗਏ ਮੇਰੇ ਆਓ ਓਏ ਸਨ ਇੱਥੇ ਕਮਿਸ਼ਨਰ ਆਇਆ ਹੈ ਜਿੰਨਾ ਭਾਈ ਦੀ ਗੱਲ ਯਾਦ ਹੈ ਨਾ ਸਿੱਖਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਚੱਲ ਚਲਾ ਜਾ ਓਏ ਚੱਲ ਉਹ ਕਿੱਥੇ ਜਾ ਰਿਹਾ ਓਨੇ ਓਨੇ ਉਹ ਰੁਕ ਨਾ ਉਹ ਆਨੇ ਆਨੇ ਰੁਕ ਮੈਂ ਵੀ ਆ ਰਿਹਾ ਉਹ ਆ ਰਿਹਾ ਨਾ ਓਏ ਯਾਰ ਖਤਮ ਕਰ ਲੈਣ ਦੇ ਹੈਪੀ ਬਰਥਡੇ ਟੂ ਯੂ ਯੂ ਹੈਪੀ ਬਰਥਡੇ ਟੂ ਯੂ ਯੂ ਹੈਪੀ ਪਰ ਪਹਿਲਾਂ ਮੇਰੇ ਨਾਲ ਥੱਲੇ ਸ਼ੇਖਰ ਸੁਣ ਯਾਰ ਰੁਕ ਜਾ ਸ਼ੇਖਰ ਕਮਿਸ਼ਨਰ ਸਾਹਿਬ ਮੈਂ ਉੱਥੋਂ ਆਇਆ ਕੌਣ ਹੈ ਇਹ ਲੋਕ ਕੌਣ ਨੇ ਉਹ ਸ਼ੇਖਰ ਰੁਕ ਜਾ ਓਏ ਓਏ ਸ਼ੇਖਰ ਓ ਕੀ ਸਾਹਿਬ ਅੱਖਾਂ ਫਾੜ ਫਾੜ ਕੇ ਦੇਖ ਰਹੇ ਹੋ ਮੇਰਾ ਨਾਮ ਹੈ ਸ਼ੇਖਰ ਕਿੱਥੇ ਗੋਲੀ ਮਾਰੋਗੇ ਮੈਨੂੰ ਕੀ ਕਰ ਰਹੇ ਇੱਥੇ ਨਾ ਦੇਖਦੇ ਗੋਲੀ ਮਾਰਨ ਦਾ ਹੁਕਮ ਹੈ ਨਾ ਤਾਂ ਮਾਰ ਦੋ ਉਹ ਛੱਡਣਾ ਯਾਰ ਕੀ ਹੋਇਆ ਬੰਦੂਕ ਨਹੀਂ ਲੈ ਕੇ ਆਏ ਕੇ ਰੁਕਣਾ ਕੀ ਗਲਤ ਕੀਤਾ ਸੀ ਸਾਹਿਬ ਹਾਂ ਸਾਨੂੰ ਕੋਈ ਸੜਕ ਛਾਪ ਗੁੰਡਾ ਸਮਝ ਰੱਖਿਆ ਹੈ ਕਿ ਕਿਸੇ ਛੋਟੇ ਮੋਟੇ ਗੁੰਡੇ ਦੇ ਵਾਂਗ ਸਾਨੂੰ ਗੋਲੀ ਮਾਰ ਕੇ ਸਰਕਾਰੀ ਗੱਡੀ ਚ ਪਾ ਕੇ ਕਿਤੇ ਜਾ ਕੇ ਸਿੱਟ ਦੋਗੇ ਤੇ ਗੱਲ ਖਤਮ ਹੋ ਜੂਗੀ ਮੇਰਾ ਨਾਮ ਸ਼ੇਖਰ ਹੈ ਕਿਸੇ ਨੂੰ ਗੋਲੀ ਮਾਰਨ ਵਾਸਤੇ ਤੁਹਾਨੂੰ ਉੱਤੋਂ ਪੁੱਛਣਾ ਪਊਗਾ ਪਰ ਸਾਨੂੰ ਸਭ ਕੁਝ ਕਰਨ ਦੀ ਲੋੜ ਨਹੀਂ ਹੈ ਤੁਹਾਡੇ ਬਾਰੇ ਸਭ ਕੁਝ ਜਾਣਦਾ ਮੇਰਾ ਪਿਓ ਵੀ ਪੁਲਿਸ ਵਿੱਚ ਸੀਗਾ ਪੂਰੇ 8 ਸਾਲ ਪਰ ਹੁਣ ਇਸ ਦੁਨੀਆਂ ਵਿੱਚ ਨੀਗਾ ਮਰ ਗਿਆ ਮੈਂ ਵੀ ਪੁਲਿਸ ਵਾਲਾ ਬਣ ਸਕਦਾ ਸੀ ਪਰ ਇਸ ਨਾਲ ਕੀ ਫਾਇਦਾ ਹੋ ਜਾਂਦਾ ਸਭ ਕੁਝ ਛੱਡ ਕੇ ਇਸ ਰਸਤੇ ਵਿੱਚ ਆ ਗਿਆ ਮੇਰੇ ਦਿਮਾਗ ਵਿੱਚ ਨਾ ਬਸ ਇੱਕ ਹੀ ਗੱਲ ਘੁੰਮਦੀ ਰਹਿੰਦੀ ਹੈ ਬਾਈ ਦਾ ਇਨਸਾਫ ਬਾਈ ਦਾ ਧਰਮ ਚਾਰ ਲੋਕਾਂ ਤੋਂ ਪੁੱਛੋ ਤਾਂ ਤਿੰਨਾਂ ਨੂੰ ਜਵਾਬ ਦੋ ਮੈਨੂੰ ਪਸੰਦ ਨੀਗਾ ਦੇਖਦੇ ਹੀ ਕੰਮ ਤਮਾਮ ਕਰ ਦੋ ਓਏ ਸ਼ੇਖਰ ਕੀ ਕਰ ਰਿਹਾ ਓਏ ਕੀ ਹੋ ਰਿਹਾ ਕੀ ਹੋ ਰਿਹਾ ਕੀ ਹੋਇਆ ਗੱਲ ਕਰ ਰਿਹਾ ਨਾ ਮੈਂ ਕਿਉਂ ਵਿਚਾਰੇ ਬੋਲ ਰਿਹਾ ਹੈ ਡਰ ਰਹੇ ਨੇ ਵਿਚਾਰੇ ਇਹਨਾਂ ਨੂੰ ਲੱਗਿਆ ਮੈਂ ਤੁਹਾਨੂੰ ਸ਼ੂਟ ਕਰ ਦੂੰਗਾ ਲੈ ਫੜ ਚੱਲ ਬਸ ਹੁਣ ਮੂੰਹ ਬੰਦ ਰੱਖ ਹੁਣ ਇੱਥੋਂ ਚੱਲਦੇ ਹਾਂ ਸ਼ੇਖਰ ਹੁਣ ਇੱਥੇ ਐਸੇ ਵੇਲੇ ਗੱਲ ਕਹਿ ਰਿਹਾ ਆਪਣੇ ਅੱਗੇ ਪਿੱਛੇ ਕੋਈ ਨਹੀਂ ਹੈ ਬੀਵੀ ਨਾ ਬੱਚੇ ਸ਼ੂਟ ਕਰਕੇ ਨਾ ਮੜ ਕੇ ਵੀ ਦੇਖਾਂਗੇ ਯੈਸ ਸਰ ਚਲੋ ਸਰ ਕਮਿਸ਼ਨਰ ਸਾਹਿਬ ਮੈਂ ਬਹੁਤ ਬੁਰਾ ਇਨਸਾਨ ਹਾਂ ਪਰ ਇਹ ਮੇਰੇ ਤੋਂ 2 ਕਦਮ ਅੱਗੇ ਹੈ ਪਲਕ ਝਪਣ ਤੋਂ ਪਹਿਲਾਂ ਇਹ ਗੋਲੀ ਚਲਾ ਦਿੰਦਾ ਹੈ ਪਰ ਇੱਕ ਤਰ੍ਹਾਂ ਨਾਲ ਇਹ ਤੁਹਾਡਾ ਹੀ ਕੰਮ ਕਰ ਰਿਹਾ ਹੈ ਸਾਰਿਆਂ ਨੂੰ ਇੱਕ ਨਜ਼ਰ ਨਾਲ ਨਾ ਪਰਖੋ ਅਸੀਂ ਅਲੱਗ ਗੁੰਡੇ ਹਾਂ ਉਹਨਾਂ ਦੇ ਵਰਗੇ ਨਹੀਂ ਹੈ ਸੋਰੀ ਸੋਰੀ ਚਲਾ ਜਾ ਚਲੋ ਆ ਜਾਓ ਸਾਰੇ ਚੁੱਪ ਯਾ ਲੈਟਸ ਸੈਲੀਬ੍ਰੇਟ ਆਓ ਯਾਰੋ ਨੱਚੋ ਟੱਪੋ ਜਸ਼ਨ ਮਨਾਓ ਕਿਉਂਕਿ ਆਜ ਆਪਾਂ ਨਿਕਲੇ ਗੇੜਾ ਮਾਰਨ ਓਏ ਕੀ ਕਹਿੰਦੇ ਹੋ ਓ ਟੱਪੋ ਓਏ ਨੱਚੋ ਟੱਪੋ ਦਿਲ ਦੀ ਬਾਤ ਦਿਲ ਚ ਨਹੀਂ ਰਹਿਣੀ ਚਾਹੀਦੀ ਏ ਕਦੇ ਵੀ ਹੋ ਸਾਨੂੰ ਕਹਿਣੇ ਦੇਣੀ ਚਾਹੀਦੀ ਜਿਵੇਂ ਹੱਥ ਵਾਰ ਟੁੱਟ ਜਾਂਦੇ ਜਾਨ ਵੀ ਜਾ ਸਕਦੀ ਸੀ ਉਹ ਹੋਇਆ ਕੀ ਤੈਨੂੰ ਸ਼ੇਖਰ ਓਏ ਆਜਾ 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 ਉਹ ਦੇਖੋ ਦੇਖੋ
जल्दी आना। ये सब की करे हटा इनू हटा। वो देख रहे के भाई इनू आया दो तीन महीने हो गए पाजी थोड़ी नजर होने पाएगी। ओए पागल चुप। ओए ओ नहीं यार ओ तो देख ओ कंध ओ पैप ते ओ व्हील मैनू की देख रहे हैं। ओ तो देख ना ओ जड़ी पैप है ना उत्थे कंध ते पैप दे चाले एक छोटा जिहा फुल है ओ देख ओ देख ओ फुल फुल खिलिया ते है। ओए 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 फुल यार फुल 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 फूल हाँ फूल हाँ तू कदे पैर कितना ये तो बस एक ही फूल है टोकरी और फूल लाई दिन और वेगदा नहीं सिर्फ 1000 या फिर 500 च स्क्रू ढिल्ला हो गया वीर बेवजह मेरी नींद खराब कर दी यार। ओए मैं तन्नू की कह रहे तू कोई मतलब कट रहे यार ये कुछ हड है यार ते उन्ना फुल्ला नू की कहंदे ने। ओए रुक जा जिवें आ कर है ते आ कमरा ते आ बिस्तर ए बिस्तर पर नींद कुछ वखरे तरीके दी आ ही खिड़की आ ही फुल पर आ कुछ वखरा है यार हुण किवें समझावां कुछ है जिन्ना कुछ हुंदा अंदरों सच्ची कहां तां ऐदा लगदा अंदर एक फुल खिल रहा है। ओए मैं प्यार दी गल कर रहा है ते तू रामला सो रहे है भाई सवेरे सवेरे नींद क्यों खराब कर रहे है मेरे सोण दे की मत तेरी तां ए तू इत्थे की कर रहे है तेनू देखण दा जी कर रहा सी। हाँ इत्थे क्यों आया है इत्थों जा रहा सी सोचा मिलना पता नहीं कुछ अजीब जा लग रहा है पहला इदा कदे हुंदा नहीं सीगा ना खाना खांदा ना सौंदा दिमाग काम नहीं कर रहा पता नहीं की हो गया मैनू की होया होगा समझ नहीं आ रहा चल बैठो शेखर जरा रुक सुनो जी जरा उत्थे वेखो उस कंपाउंड दे पिछे वाले फूल नू वेखो ए उस फूल च इदां दा की खास है आम फुल्लां वर्ग ही है उत्थे देखो पाइप ते दीवार दे विचाले जेड़ा फूल है उंदी खूबसूरती देखो किन्नी कमाल दी है ए तां शेखर भी दस सकदा अरे भाई दस ना दस सुनो आ फड़ ओहो मेनू फड़ा आ मेरे वास्ते नहीं है तेरे लिए नहीं मेरे लिए है मैं आज दे दिन पैदा हुई सी मेरे लिए खास दिन है तू मेरे लिए कुछ नहीं लेके आएगा इसलिए तेरी तरफ तो मैं अपने लिए ले आई अच्छा ता गल है मैं हुणे आया किथे जा रहे हैं की चाहिदा तुहानू सर बोलो ना सर की चाहिदा नहीं ओ कुड़ी वास्ते एक छोटा जा की होया सर गर्लफ्रेंड है नहीं नहीं सर ओथे ओथे ओ तुहानू दस देवेगी
ਇਹੋ ਜਿਹੀ ਗੱਲ ਨਹੀਂ ਹੈ ਸਰ। ਦੱਸ ਦੇ ਸਰ, ਇਹਨੂੰ ਇੱਥੋਂ ਦਾ ਸਭ ਕੁਝ ਪਤਾ ਹੈ। ਸਰ, ਕੁੜੀਆਂ ਦੇ ਲਈ ਗਿਫਟ ਜ਼ਰੂਰੀ ਨਹੀਂ ਹੁੰਦੇ, ਜਜ਼ਬਾਤ ਜ਼ਰੂਰੀ ਹੁੰਦੇ ਨੇ। ਵੇਖਿਆ ਸਰ, ਇਹਨੂੰ ਸਾਰੀ ਜਾਣਕਾਰੀ ਹੈ। ਓਕੇ, ਇਹ ਕਿਆ ਹੈ? ਕੀ ਹੈ ਮਾਇਨੇ ਨਹੀਂ ਰੱਖਦਾ, ਦੇਣਾ ਮਾਇਨੇ ਰੱਖਦਾ ਹੈ। ਤੂੰ ਖਾ। ਨਾ ਉਸੇ ਸਰ, ਵੇਖਿਆ ਕੀ? ਕੁਝ ਵੀ ਹੋਵੇ, ਜਾਣ ਨਹੀਂ ਦੇਣਾ। ਹੈ ਕਿੱਥੇ ਹੋ? ਸਰ, ਉਹ ਕਾਫੀ ਪੀ ਰਿਹਾ ਹੈ। ਸੁਣੋ, ਇੱਥੇ ਕੁਛ ਵੀ ਨਜ਼ਰ ਨਹੀਂ ਆ ਰਿਹਾ। ਪਮਨ ਤੋਂ ਫਿਰ ਤੋਂ ਪੁੱਛੋ। ਹੇ ਚਿਨੋ, ਕਿ ਉਹਨੂੰ ਟੈਰਿਸ ਤੇ ਉਡਾ ਦੇਣ? ਨਹੀਂ, ਉਹ ਇੱਥੇ ਨਹੀਂ ਹੈ, ਉੱਥੇ ਰਿਸਕ ਹੋ ਸਕਦਾ ਹੈ। ਇੱਕ ਕੰਮ ਕਰੋ, ਜਾ ਕੇ ਪਾਰਕਿੰਗ ਏਰੀਆ ਵਿੱਚ ਦੇਖੋ। ਉਹ ਨਹੀਂ ਨਹੀਂ ਨਹੀਂ, ਉਹਨੂੰ ਥੱਲੇ ਆਉਂਦੇ ਉਹੀ ਸਿਰ ਆਊਗਾ। ਅੰਦਰ ਆਉਣ ਦੇ ਬਾਅਦ ਖੱਬੀ ਤਰਫ ਦੇ ਗਲਿਆਰੇ ਦੇ ਅਸੀਂ ਉਹਨੂੰ ਫੜ ਸਕਦੇ ਹਾਂ ਆਰਾਮ ਨਾਲ। ਅਸੀਂ ਚਾਰੇ ਪਾਸੇ ਹੈਗੇ ਨੇ, ਤੁਸੀਂ ਸਾਰੇ ਤਿਆਰ ਰਹਿਣਾ। ਪਵਨ, ਤੂੰ ਖੱਬੇ ਪਾਸੇ ਤੇ ਚੀਨੂ, ਤੂੰ ਸਿੱਧੇ ਵੱਲ। ਤੂੰ ਬੂਹੇ ਤੇ ਨਜ਼ਰ ਰੱਖੀ ਤੇ ਤੂੰ ਪਿੱਛੇ ਦੀ ਤਰਫ। ਉਹ ਅੱਜ ਬਚਣਾ ਨਹੀਂ ਚਾਹੀਦਾ। ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ, ਅਸੀਂ ਮਿਲ ਕੇ ਸਾਰੇ ਕੰਮ ਕਰਾਂਗੇ। ਸੁਣੋ, ਹੜਬੜੀ ਕਰਨ ਦੀ ਲੋੜ ਨਹੀਂ ਹੈਗੀ। ਉਹਨੇ ਸਾਨੂੰ ਲਲਕਾਰ ਕੇ ਵਧੀਆ ਨਹੀਂ ਕੀਤਾ। ਏ, ਸਾਰਿਆਂ ਨੂੰ ਬਾਹਰ ਕੱਢੋ। ਚਲੋ 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 ਬਾਹਰ ਚਲੋ ਆਊਟ ਜਾਓ ਜਾਓ ਬਾਹਰ ਐਵਰੀਬਾਡੀ ਆਊਟ ਆਊਟ ਗੋ ਆਊਟ। ਹੈਲੋ ਸਰ, ਪਵਨ ਬੋਲ ਰਿਹਾ। ਅਸੀਂ ਸ਼ੇਖਰ ਨੂੰ ਘੇਰ ਲਿਆ ਹੈ ਤੇ ਪੋਜੀਸ਼ਨ ਲੈ ਲਈ ਹੈ। ਸੋਚਿਆ ਤੁਹਾਨੂੰ ਇਨਫੋਰਮ ਕਰ ਦਵਾਂ। ਚਲੋ ਬਾਹਰ ਚਲੋ। ਬਿਲਕੁਲ ਰਹਿਮ ਨਾ ਕਰਿਓ, ਖਤਮ ਕਰ ਦਿਓ। ਬੀ ਕੇਅਰਫੁਲ, ਬੈਸਟ ਆਫ ਲੱਕ। ਮੈਂ 10 ਮਿੰਟ ਬਾਅਦ ਫੋਨ ਕਰਾਂਗਾ। ਓਕੇ ਸਰ। ਬੋਇਸ, ਕਮ ਔਨ। ਓਕੇ ਸਰ। ਵੇਟ। ਓਕੇ ਸਰ। ਉਹ ਬਹੁਤ ਵੱਡਾ ਹੋ ਗਿਆ। ਐਕਸਕਿਊਜ਼ ਮੀ ਸਰ, ਤੁਹਾਨੂੰ ਉੱਪਰ ਬੁਲਾਇਆ ਹੈ। ਕੌਣ? ਕੋਈ ਸਵਾਮੀ ਸਰ ਹੈ। ਇੱਕ ਮਿੰਟ ਆਉਣਾ। ਮੁੰਨੀ, ਮੁੰਨੀ ਰੁਕ, ਮੁੰਨੀ ਕਿੱਥੇ ਜਾ ਰਹੀ ਤੂੰ? ਓਹ ਰੁਕ, ਚਲੋ ਚਲੋ।
की होया? वो मर गया? निकल जाओ तू। निकल जाऊंगा तो सब उत्ते पहुंच जाएंगे। एम्बुलेंस भेज के कचरा चकवा लो, शायद कोई बच जावे। जवाक है, तू मौत दे मुंह च पाता उन्होंने। ओए 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 ओए, कौन बोल रहा तू? हैं? कौन बोल रहा? भीमा। Damn it! हाँ बॉयज, नहीं लेटर हो, लेटर हो, की हाल चाल है? हैं? ते हुण अगे की? ये तो पहली कोशिश थी, खैर कोई गल नहीं, छेती ठीक हो जाओ, बहुत कम करना है। सर ओना नू तंदुरुस्त होने दे विच काफी वक्त लग सकता है, असी दूजी टीम नहीं बना सकते की? दूजी टीम दी लोड़ नहीं है, इहदे लई इही लोकी बेहतर ने। तू उन्हां दे चेहरे दे निशान देखे, वह उस निशान का जवाब देणगे। उन्हां दे अंदर अग है, उन्हां दे चेहरे ते जिहड़ी शर्मिंदगी है वही तो मिटानी है ना। मेरी गल सुनो, सानू हुण अपना तरीका पूरी तरह बदलना पवेगा, हुण भुल नहीं होगी किसी की कीमत ते। किथे? उत्ते दूजी मंजिल। शेखर। हाँ भाई। मैं ते सोमू पोरियर दे लई काम करदे सी, ओ मेरे नाल कल्ले च गल करना चाहुंदा है। ना ही ओ साडे ते भरोसा करदा और ना ही आपां उहदे ते। 10 मिनट इंतजार करी, ना वापस आया तो उत्ते आ जाई। तूं इहदे नाल रही। हाँ आ रहा है, छेती थोनू खुशखबरी मिल जूगी। ओनू खत्म करो। Hey, चल बात हो गया, चल। कितने सी हुण तक, जे मर जांदा फिर ठीक है। शेखर दी जली ना। चार गुंडे सट 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 ते मैं बिल्कुल कल्ला अंदर गया ते सब नु टिकाने लाता। की समझे तुसी हैं कुड़िया? शकल देख दी, शकल देख ना, शकल देख दी। 12 बजे चेहरे ते ओ माड़ा दे शकल वाल वेखो ते सही। ओ शेखर किधर जा रहे हो? शेखर ओ शेखर गल सुन, ओ बियर पी यार, मजाक कर रहे यार, चुप कर।
ਕਿੱਥੇ ਸੀ ਹੁਣ ਤੱਕ? ਜੇ ਮਰ ਜਾਂਦਾ ਫੇਰ ਚੰਨਾ ਭਾਈ ਇਹ ਤਿੰਨ ਮੁੰਡੇ ਆਏ ਨੇ, ਉਹਨਾਂ ਦੇ ਘਰ ਦੇ ਪੇਪਰ ਨੇ। ਉਹਨਾਂ ਦਾ ਮੁੰਡਾ ਜਦ ਦੁਬਈ ਤੋਂ ਲੌਟੇਗਾ ਤਦ ਮਕਾਨ ਵੇਚਣਗੇ। ਭਾਈ ਉਹ ਓਰਿਜਨਲ ਪੇਪਰ ਨੇ। ਦੇਖ ਇਹਦੇ ਵਿੱਚ ਕਈ ਪਰੇਸ਼ਾਨੀਆਂ ਨੇ, ਹਟਾ ਇਹਨੂੰ, ਮੈਂ ਆਪਣੇ ਤਰੀਕੇ ਨਾਲ ਗੱਲ ਕਰਦਾ। ਕੀ ਗੱਲ ਹੈ ਸ਼ੇਖਰ, ਰਾਤੇ ਵਿਖਾ ਨਹੀਂ ਦਿੱਤਾ? ਚੰਨਾ ਭਾਈ ਇਕੱਲੇ 'ਚ ਗੱਲ ਕਰਨੀ ਹੈ। ਬੋਲ ਚਿੰਨਾ ਭਾਈ, ਬਹੁਤ ਵੱਡੀ ਗਲਤੀ ਹੋ ਗਈ। ਗਲਤੀ ਹਟ ਹੁੰਦਾ ਹੈ ਕਦੀ ਕਦੀ ਤੇ ਮੇਰਾ ਮੂਡ ਵੀ ਖਰਾਬ। ਨਹੀਂ ਚਿੰਨਾ ਭਾਈ, ਗਲਤੀ ਹੈ ਮੇਰੀ ਤੇ ਵਾਰ ਵਾਰ ਹੁੰਦੀ ਰਹੂਗੀ। ਮੈਨੂੰ ਕੁਛ ਠੀਕ ਨਹੀਂ ਲੱਗ ਰਿਹਾ। ਮੈਂ ਕਿਤੇ ਵੀ ਰਵਾਂ ਤਾਂ ਦਿਲ ਕਿਤੇ ਹੋਰ ਰਹਿੰਦਾ ਹੈ। ਲੱਗਦਾ ਜਿਵੇਂ ਆਪਣੀ ਗੱਲ ਚੰਗੀ ਤਰ੍ਹਾਂ ਕਹਿ ਨਹੀਂ ਪਾ ਰਿਹਾ, ਜਿਵੇਂ ਕਿ ਹੁੰਦਾ ਐਵੇਂ। ਤੇ ਇਸੇ ਤਰ੍ਹਾਂ ਥੋੜ੍ਹੇ ਨਾਲ ਰਹਿਣਾ ਮੈਨੂੰ ਠੀਕ ਨਹੀਂ ਲੱਗ ਰਿਹਾ ਭਾਈ। ਮੈਂ ਜਾਣਾ ਚਾਹੁੰਦਾ ਚਿੰਨਾ ਭਾਈ। ਜਾ, ਪਰ ਮੇਰੀ ਇੱਕ ਗੱਲ ਸੁਣ। ਮੈਂ ਜਾਣਨਾ ਨਹੀਂ ਚਾਹੁੰਦਾ ਕਿ ਤੂੰ ਕਿੱਥੇ ਜਾ ਰਿਹਾ, ਨਹੀਂ ਤਾਂ ਬੇਵਜ੍ਹਾ ਪਰੇਸ਼ਾਨ ਕਰੂੰਗਾ। ਕੀ ਗੱਲ ਹੈ ਚਿੰਨਾ ਭਾਈ? ਪਤਾ ਨਹੀਂ, ਅਚਾਨਕ ਆ ਕੇ ਕਿਹਾ ਕਿ ਮੈਂ ਜਾਣਾ ਚਾਹੁੰਦਾ। ਮੈਂ ਕਿਹਾ ਕਿ ਜਾ, ਕੁਛ ਤਾਂ ਹੈ ਉਹਦੇ ਦਿਮਾਗ 'ਚ, ਦੁਆ ਕਰ ਉਹਦਾ ਫੈਸਲਾ ਸਹੀ ਹੋਵੇ। ਜਾਣ ਦਿਓ। ਓਹੋ, ਤੂੰ ਇੱਥੇ ਕਿਵੇਂ? ਮੈਂ ਆਪਣੇ ਰਾਹ 'ਤੇ ਜਾ ਰਿਹਾ ਸੀ ਬਸ, ਫਿਰ ਤੂੰ ਮਿਲੀ ਤਾਂ ਸਭ ਕੁਛ ਬਦਲ ਗਿਆ। ਤੂੰ ਖੁਸ਼ ਤਾਂ ਹੈ ਨਾ? ਕਿਸੇ ਥਾਂ ਦਾ ਨਹੀਂ ਛੱਡਿਆ ਮੈਨੂੰ। ਮੈਂ ਕੀ ਕੀਤਾ ਹੈ? ਕੀ ਨਹੀਂ ਕੀਤਾ ਤੂੰ? ਮੇਰਾ ਨਿਸ਼ਾਨਾ ਕਦੇ ਨਹੀਂ ਚੁੱਕਦਾ, ਜਿੱਥੇ ਮਾਰਦਾ ਉੱਥੇ ਲੱਗਦਾ ਹੈ, ਸਭ ਨੂੰ ਪਤਾ ਹੈ। ਕੀ ਸੀ, ਕੀ ਹੋ ਗਿਆ? ਦੇਖ ਮੈਨੂੰ, ਮੂੰਹ ਦੇਖ ਮੇਰਾ, ਦੇਖ। ਇਸ ਮੁਸੀਬਤ ਨੂੰ ਸਦਾ ਲਈ ਮਿਟਾਉਣਾ ਹੈ, ਸਭ ਕੁਛ ਛੱਡ ਦਿੱਤਾ ਮੈਂ। ਇੱਥੇ ਨਹੀਂ ਰਹਿਣਾ ਬਸ। ਦੱਸ ਕਦੋਂ ਚੱਲਣਾ ਹੈ? ਅੱਜ ਹੀ, ਹੁਣੇ। ਅੱਜ ਹੀ? ਕੱਲ ਚੱਲੀਏ। ਪਾਪਾ ਉੱਠੋ, ਪਾਪਾ ਉੱਠ ਕੇ ਬਹਿ ਜਾਓ। ਪਾਪਾ ਤੁਸੀਂ ਹਮੇਸ਼ਾ ਮੈਨੂੰ ਮਨਾ ਕਰਦੇ ਹੋ ਨਾ, ਮੈਂ ਤੁਹਾਨੂੰ ਕਹਿ ਰਿਹਾ ਸ਼ੇਖਰ ਜਾ ਰਿਹਾ ਹੈ, ਹੁਣ ਹਮਲਾ ਕਰਾਂਗੇ, ਹੁਣ ਅਸੀਂ ਉਹਨਾਂ ਦਾ ਵਜੂਦ ਖਤਮ ਕਰ ਸਕਦੇ ਹਾਂ। ਪਾਪਾ ਮਾਰਦੇ, ਉਹਨਾਂ ਸਾਰਿਆਂ ਨੂੰ ਮਾਰ ਦਿਓ, ਬਹੁਤ ਖੂਨ ਬਿਖ ਰਿਹਾ ਹੈ। ਤੂੰ ਇਹ ਕੰਮ ਕਰ ਦੇਗਾ ਤੇ ਇੱਥੇ ਸਕੂਨ ਮਿਲੂਗਾ। ਉਹ ਮੇਰੇ ਉੱਤੇ ਹੱਸੇ ਸੀ, ਹੁਣ ਮੇਰੀ ਵਾਰੀ ਹੈ।
की गल है? कुछ होया है? वही तो समझ नहीं पा रहा। शेखर आया, तूने कहा कि वो सब कुछ छड़ के जा रहा है, क्यों जा रहा है नहीं पूछा, कि कह देता कि जा। उस दिन जदों मैं तेनू नाल आने लिए कहा सी, अगर उस दिन आ जाती तो साड़ी दुनिया कुछ होर होंगी, पर ठीक है, उन्हें सही राह मिल गया, हुण चैन नाल जीऊगा। की मैं एक बार शेखर नाल मिल सकती हाँ? शेखर? एक ही शेखर? कदों तक तो उस कुड़ी नूं साडे सारिआं तों लुका के रखेंगा कि सानूं नहीं मिलाएगा? चिन्ना भाई, इन्नी सोनी कुड़ी मिलन दे बाद भला इत्थे क्यों रुकेगा? पद्मा, चिन्ना भाई एक ही? ए, मैनू मुसीबत च पा के तू आसानी नाल बच के जा सकता है? मैं तो नेवे नहीं छड़ूंगा, पहना इनू। पावी ए एक ही हेलो चिन्ना भाई, स्वामी बोल रहा। परियार दे बंदे कोसाए ने, साडे बंदे नु मारे ने, भरत दा हद कटता है, मार्केट ते कब्जा कर लेता है, कुछ भी समझ नहीं आ रहा भाई, वेलू नु ही मारता है, हरबर वाले ऑफिस से अग लाती है, मेन ऑफिस ते कब्जा कर लिया है, की करे भाई, सब कुछ बर्बाद करता है। स्वामी थोड़ी देर बाद। ठीक है चिन्ना भाई, मैं शेखर दे नाल आ। हां ठीक है। एनु परेशान ना करी, चंगी तरह रखी शेखर। हाँ चिन्ना भाई, खुश रहे, ख्याल रखना अपना। हेलो स्वामी, शेखर गल कर रहे हैं, की हो रहा उथे? मैं चिन्ना भाई दे अखां विच देखा है, मेरे तो लुकोना कुछ, बचपन तो देखता आ रहा, रग रग तो वाकिफ हाँ। गल ए है कि भाई, साफ साफ दसो मामला की है। कल सवेरे उत्थे मिलांगे जिथे तय होया सी, हुण जा। लगता है ये तो वही है। हाँ वही है। मारे नू
मार मारना आजा मार आजा अग्गे आया हाथ लाना इनू ओए आजा दादी मेनू फड़ाओ ओह मैं बना लवांगी छड्डो ना दादी अज मैं बनांदी हां अज सूरज किथों उग गया जेड़ा तू रसोई च आ गई हां चंगी गल है चल बोल की गल है डाले क्या जा जा चिन्ना भाई तो खराद विच मिली है जिंदगी मैं खोना नहीं चाहता जा की लोड सी स्वामी क्यों मुड़ के आया हो किसी का जान का मन है तो जाना चाहिए एक दिन विच ही सब खत्म करके चला गया गल गल ते शेखर का सहारा लैन की आदत पै गई है मैनू जिवें दुनिया च उसके सिवा कोई है ही नहीं मैं क्या सी कि मैं शादी करनी है तो इन्ना वड्डा काम करना है हर जगह हाथ पा के एडा वड्डा काम फैलाया तो हुण किवें संभाल गई लगता हूँ सब खत्म हो गया जब तक शेखर की किसी की हिम्मत नहीं होंगी साढ़े दे हाथ चक्के लेकिन ओदे जान तो बाद कल दे मुंडे भी आखिर गांदे ने सानू तुसी बहुत बड़ी गलती करती और जा रहे से तुसी मना भी नहीं किया अरे उन्हें जान का फैसला कर लिया सी
ਉਹਦੇ ਲਈ ਤੁਹਾਡੇ ਤੋਂ ਵੱਧ ਕੇ ਕੋਈ ਨਹੀਂ ਹੈ ਭਾਜੀ। ਤੁਸੀਂ ਉਹਨੂੰ ਇੱਕ ਵਾਰ ਕਹੋਗੇ ਉਹ ਮੁੜ ਆਏਗਾ। ਅਸੀਂ ਸਾਰੇ ਇੱਥੇ ਹੈਗੇ ਆ ਨਾ, ਉਹ ਵੀ ਰਹਿ ਸਕਦਾ ਹੈ। ਏ ਕਿਹੜੇ ਮੂੰਹ ਨਾਲ ਉਹਨੂੰ ਵਾਪਸ ਬੁਲਾਵਾਂ? ਵੇਖੋ ਭਾਈ, ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਸਾਡੇ ਨਾਲ ਚਲੋ, ਬਾਕੀ ਅਸੀਂ ਸੰਭਾਲ ਲਵਾਂਗੇ। ਸੁਣ, ਮੈਨੂੰ ਰਾਤ ਭਰ ਨੀਂਦ ਹੀ ਨਹੀਂ ਆਈ, ਤੇਰੇ ਹੀ ਬਾਰੇ ਸੋਚ ਰਹੀ ਸੀ। ਘਰ ਤੋਂ ਦੂਰ ਜਾਣ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਭੁੱਲਣਾ ਚਾਹਵੀਂ? ਤੂੰ ਸਾਨੂੰ ਭੁੱਲੇਂਗੀ ਤਾਂ ਨਹੀਂ ਨਾ ਦੀਦੀ? ਕੀ ਕਹਿ ਰਹੀ ਆ ਸੂਜੀ? ਓਹੋ ਏ, ਮੈਂ ਤਾਂ ਐਵੇਂ ਕਹਿ ਦਿੱਤਾ, ਲੈ ਇਹਨੂੰ ਰੱਖਣਾ ਭੁੱਲ ਗਈ ਸੀ। ਐਵੇਂ ਸੋਚੀ ਕਿ ਪੜ੍ਹਾਈ ਦੇ ਲਈ ਕਿਸੇ ਦੂਸਰੇ ਸ਼ਹਿਰ 'ਚ ਜਾ ਰਹੀ ਹੈ। ਪਾਪਾ ਨੂੰ ਤਾਂ ਮੈਂ ਸੰਭਾਲ ਲਵਾਂਗੀ, ਸਾਰੇ ਪਾਪਾ ਇੱਕੋ ਜਿਹੇ ਹੁੰਦੇ ਨੇ। ਤੂੰ ਬਿੰਦਾਸ ਜਾ, ਇੱਥੋਂ ਦੀ ਚਿੰਤਾ ਨਾ ਕਰ, ਠੀਕ ਹੈ? ਜਾ ਨਾ। ਮੈਨੂੰ ਰੋਣਾ ਆ ਰਿਹਾ, ਰੋ ਲੈਣ ਦੋ। ਸ਼ਫੀਕ, ਹੁਣ ਜਾ। ਸ਼ੇਖਰ ਚੱਲ, ਭਾਜੀ ਨੇ ਬੁਲਾਇਆ। ਚੀਨਾ ਭਾਜੀ ਨੇ ਬੁਲਾਇਆ? ਤੂੰ ਤੇ ਇੱਕ ਝਟਕੇ ਵਿੱਚ ਸਭ ਛੱਡ ਕੇ ਚਲਾ ਗਿਆ ਨਾ, ਤੇ ਉਹ ਸਾਰੀ ਰਾਤ ਤੇਰੀ ਚਿੰਤਾ ਵਿੱਚ ਡੁੱਬੇ ਰਹੇ। ਉਹਨਾਂ ਦੀ ਹਾਲਤ ਠੀਕ ਨਹੀਂ ਹੈ, ਬਹੁਤ ਪਰੇਸ਼ਾਨ ਨੇ ਉਹ। ਚੱਲ ਮੇਰੇ ਨਾਲ ਚੱਲ। ਨਹੀਂ ਜਾ ਸਕਦਾ, ਮੈਂ ਸਭ ਕੁਛ ਦੱਸ ਦਿੱਤਾ ਉਹਨਾਂ ਨੂੰ ਯਾਰ। ਕੀ ਦੱਸਿਆ ਸੀ? ਉਹ ਬਾਹਰ ਖੜੇ ਨੇ, ਉਹ ਆਪ ਤੈਨੂੰ ਲੈਣ ਆਏ ਨੇ। ਚੱਲ। ਉਹ ਖੁਦ ਆਏ ਨੇ? ਜੋ ਹੋ ਗਿਆ ਉਹਨੂੰ ਭੁੱਲ ਜਾ, ਹੁਣ ਨਾਲ ਚੱਲ ਮੇਰੇ। ਚੱਲ, ਹੁਣ ਸੋਚ ਕੀ ਰਿਹਾ? ਤੈਨੂੰ ਪਤਾ ਨਾ, ਅੱਜ ਤੱਕ ਉਹ ਕਿਸੇ ਅੱਗੇ ਝੁੱਕੇ ਨਹੀਂ ਹੈ, ਤੇ ਸੋਚ ਕੀ ਰਿਹਾ? ਕੀ ਬਿਨਾਂ ਮਤਲਬ ਦੀ ਗੱਲ ਕਰ ਰਿਹਾ ਯਾਰ, ਸਵਾਲ ਸਿਰਫ ਮੇਰਾ ਨਹੀਂ ਹੈ, ਤੇ ਹੁਣ ਮੈਂ ਇਕੱਲਾ ਨਹੀਂ ਹੈ, ਉਹ ਕੁੜੀ ਵੀ ਮੇਰੇ ਨਾਲ ਹੈ ਯਾਰ। ਪਹਿਲਾਂ ਵਾਂਗ ਨਹੀਂ ਹੈ ਕਿ ਮੂੰਹ ਚੱਕ ਕੇ ਆ ਜਾ। ਮੈਂ ਉਹਨਾਂ ਨੂੰ ਸਭ ਕੁਛ ਦੱਸ ਦਿੱਤਾ, ਬਸ ਤੂੰ ਇੱਥੋਂ ਜਾ ਯਾਰ। ਮੈਂ ਪਹਿਲੇ ਜਾਣਦਾ ਸੀ ਕੁਝ ਏਦਾਂ ਹੀ ਹੋਣਾ, ਇਸੇ ਲਈ ਤਾਂ ਮੈਂ ਕਦੇ ਕੁੜੀਆਂ ਦੇ ਚੱਕਰ 'ਚ ਪਿਆ ਹੀ ਨਹੀਂ। ਉਸ ਦਿਨ ਵੀ ਤੂੰ ਗਲਤ ਮੌਕੇ 'ਤੇ ਹੋਸ਼ ਗਵਾ ਬੈਠਿਆ। ਜਾ ਕੇ ਦੱਸਦਾ ਭਾਜੀ ਨੂੰ ਇਹ ਸਭ। ਹੈਂ, ਬੇਕਾਰ ਦੀਆਂ ਗੱਲਾਂ ਨਾ ਕਰ ਯਾਰ, ਚੱਲ ਜਾ। ਹਾਂ ਠੀਕ ਹੈ, ਨਾ ਆ ਰਿਹਾ ਹੁਣ ਇੱਥੋਂ, ਜਾ। ਮਤਲਬ ਮੇਰੇ ਨਾਲ ਨਹੀਂ ਆਏਗਾ ਤੂੰ? ਕੁੜੀਆਂ ਦਾ ਚੱਕਰ ਸਭ ਨੂੰ ਲੈ ਡੁੱਬਦਾ ਹੈ। ਸ਼ਾਨੂ, ਸ਼ਾਨੂ ਕੀ ਹੋਇਆ? ਸ਼ਾਨੂ, 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 ਕੀ ਕੀਤਾ? ਹਰਾਫਤ ਜਾੜੇ ਹੀ ਕੁੜੀ ਸੀ ਨਾ, ਹੁਣ ਇਹਦਾ ਕਿਸੇ ਮੁਕਾ ਦਿੱਤਾ, ਹੁਣ ਚੱਲ। ਸ਼ਫੀਕ, ਚਿੰਨਾ ਭਾਈ ਇੱਕ ਮਿੰਟ। ਆਹ
शनु क्यों खोलिया और की किता शेखर ए तूने की किता शेखर क्यों मारे उड़ू मार डाल मैनु भी हुन मैं जिंदा रह के की करांगा ओ सारेयां नू तू मारता है हुन मैनु भी मार दे हुन गोली चला ओए पीछे ता वेखा हुंदा ओ क्यों नहीं वेखा दस क्यों नहीं वेखा ओ वेख ना उथे कौन आयो रब्बा ओए तू की किता ओए साडे नाल तेनू ज्यादा प्यार करदे सी भाई बड़ा चांदे सी भाई सब खत्म करता सारा कुछ खत्म करता चिन्ना भाई चीना भाई गोली ना चलाई मार दो मैनू मार दो वेट वेट आए शूट करो ना गोली चलाओ ना आए मैं मना कीता सी ना खाली है बुलेट नहीं है उसने इसलिए चक्की कि असीं अपने बचाव लई गोली चला सकी किन्ने इस ते सब तो पहले गोली किन्ने चलाई सी एम्बुलेंस नूं बुलाओ ओए रुक जा पहला हीरो जिन्हों मैं देखा सीगा पहला इंसान जिन्हों मैं देखा सी वो तुसी सी चिन्ना भाई इत्थे सिर्फ साडी आवाज सुनाई दऊगी सानू पलट के जवाब देने वाला कोई नहीं होगा मैं बुरा इंसान हाँ पर ये मेरे तो भी ज्यादा बुरा है पलक चपकाऊं तो पहला मैं ये गोली चला देता है हथियार चुकन दियां हजारा वजह हो सकदियां ने पर हथियार दी फितरत नहीं बदलती
ਚੰਗਾ ਬੁਰਾ ਸਹੀ ਗਲਤ ਦੋਸਤ ਦੁਸ਼ਮਣ ਕਿਸੇ ਨੂੰ ਵੀ ਨਹੀਂ ਛੱਡਦਾ ਕਿਸੇ ਨੂੰ ਵੀ ਨਹੀਂ ਛੱਡਦਾ ਇਹੀ ਹੈ ਹਥਿਆਰ ਦੀ ਫਿਤਰਤ ਦੁਨੀਆਂ ਵਿੱਚ ਜੋ ਵੀ ਹਥਿਆਰ ਚੁੱਕੂਗਾ ਉਹਦਾ ਅੰਤ ਇਹੀ ਹੋਵੇਗਾ